ਸੂਝਵਾਨ ਅਤੇ ਪਿਆਰੇ ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਬਲਜਿੰਦਰ ਸੰਘਾ ਅਤੇ ਇੱਕ ਵਾਰ ਫੇਰ ਹਾਜ਼ਰ ਹਾਂ ਜਗ ਪੰਜਾਬੀ ਟੀਵੀ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ। ਅਤੇ ਸਾਡੇ ਇਸ ਵਿਚਾਰ ਵਟਾਂਦਰਾ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਇੱਕ ਕਿਸੇ ਵੀ ਵਿਸ਼ੇ ਬਾਰੇ ਮਾਹਿਰ ਸ਼ਖਸੀਅਤ ਨੂੰ ਬੁਲਾ ਕੇ ਉਸ ਦੇ ਨਾਲ ਉਸ ਵਿਸ਼ੇ ਬਾਰੇ ਖੁੱਲ੍ਹੀਆਂ ਗੱਲਾਂ ਬਾਤਾਂ ਕੀਤੀਆਂ ਜਾਣ। ਅਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਕਮਿਊਨਿਜ਼ਮ, ਜਾਂ ਕਿ ਕਹਿ ਲਓ ਕਿ ਮਾਰਕਸਵਾਦ ਕੀ ਹੈ। ਉਸ ਵਿਸ਼ੇ 'ਤੇ ਗੱਲ ਕਰਨ ਲਈ ਅੱਜ ਸਟੂਡੀਓ ਵਿੱਚ ਪਹੁੰਚੇ ਹੋਏ ਹਨ ਜਗਦੀਸ਼ ਸਿੰਘ ਚੋਹਕਾ ਜੀ, ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਚੋਹਕਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੈਂ ਜੱਗ ਪੰਜਾਬੀ ਟੀਵੀ ਦੇ ਸਹਿਯੋਗ ਨਾਲ ਉਹਦੇ ਸਰੋਤਿਆਂ ਦੇ ਰੂਬਰੂ ਪੇਸ਼ ਹੋ ਰਿਹਾ, ਅਤੇ ਮੈਂ ਸਾਡੇ ਅੱਜ ਪ੍ਰੋਗਰਾਮ ਦੇ ਹੋਸਟ ਬਲਜਿੰਦਰ ਸੰਘਾ ਜੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਹ ਸਮਾਂ ਦਿੱਤਾ ਅਤੇ ਵਿਚਾਰ ਵਟਾਂਦਰੇ ਵਿੱਚ ਮੈਂ ਆਪਣੇ ਵਿਚਾਰ ਪੇਸ਼ ਕਰਾਂਗਾ। ਅਤੇ ਅੱਜ ਦਾ ਜਿਹੜਾ ਵਿਸ਼ਾ ਚੁਣਿਆ ਉਹਨਾਂ ਨੇ, ਇੱਕ ਬਹੁਤ ਹੀ ਅਹਿਮ ਅਤੇ ਮਹੱਤਵ ਵਾਲਾ ਵਿਸ਼ਾ ਆ, ਕਿ ਦੁਨੀਆ ਦੇ ਉੱਤੇ ਬਹੁਤ ਸਾਰੇ ਫਲਸਫੇ ਜਿਹੜੇ ਆ ਉਹ ਦਾਰਸ਼ਨਿਕ ਜਿਹੜੇ ਆ ਸਾਡੇ ਚਿੰਤਕ ਜਿਹੜੇ ਉਹਨਾਂ ਨੇ ਪੇਸ਼ ਕੀਤੇ ਆ, ਅਤੇ ਅੱਜ ਦਾ ਜਿਹੜਾ ਇਹ ਕਮਿਊਨਿਜ਼ਮ ਜਾਂ ਮਾਰਕਸਵਾਦ ਲੈਨਿਨਿਜ਼ਮ ਜਿਹੜਾ ਹੈ ਉਹਦੇ ਬਾਰੇ ਅਸੀਂ ਵਿਚਾਰ ਕਰਾਂਗੇ। ਹਾਂਜੀ, ਉਸ ਤੋਂ ਪਹਿਲਾਂ ਮੈਂ ਜਗਦੀਸ਼ ਸਿੰਘ ਚੋਹਕਾ ਜੀ ਹੋਣਾ ਬਾਰੇ ਥੋੜ੍ਹੀ ਜਾਣਕਾਰੀ ਦੇਣੀ ਚਾਹਾਂਗਾ ਕਿ ਇਹਨਾਂ ਨੇ 33 ਸਾਲ ਪੰਜਾਬ ਦੇ ਵਿੱਚ ਜੌਬ ਕੀਤੀ ਹੈ, ਅਤੇ ਇਸ ਤੋਂ ਵੱਧ ਸਮਾਂ ਲਗਭਗ 45 ਸਮਾਂ ਇਹ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਉਹਨਾਂ ਦੇ ਹੱਕਾਂ ਦੇ ਲਈ ਲੜਦੇ ਆ ਰਹੇ ਆ, ਜਿਹਦੇ ਵਿੱਚ ਕਾਫੀ ਵਾਰੀ ਜੇਲ੍ਹ ਵੀ ਗਏ ਹਨ। ਅਤੇ ਬੜੇ ਲੰਮੇ ਸਮੇਂ ਤੋਂ ਇਹਨਾਂ ਨੂੰ ਬੜਾ ਲੰਮਾ ਐਕਸਪੀਰੀਅੰਸ ਹੈ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਤੇ ਉਹਨਾਂ ਦੇ ਬਾਰੇ ਗੱਲ ਕਰਨ ਦਾ। ਸੋ ਇਹ ਹੀ ਇੱਕ ਸਾਨੂੰ ਬਹੁਤ ਵਧੀਆ ਮਨੁੱਖ ਲੱਗਦੇ ਆ ਜਿਹੜੇ ਕਿ ਇਸ ਵਿਸ਼ੇ ਬਾਰੇ ਅੱਜ ਦੇ ਬਾਰੇ ਖੁੱਲ੍ਹੀ ਗੱਲਬਾਤ ਕਰ ਸਕਦੇ ਆ। ਸੋ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਚੋਹਕਾ ਸਾਹਿਬ, ਇਹ ਕਮਿਊਨਿਜ਼ਮ ਕੀ ਚੀਜ਼ ਹੈ, ਇਹ ਕੀ ਹੈ ਫਲਸਫਾ? ਸੰਘਾ ਜੀ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਦੁਨੀਆ ਵਿੱਚ ਬਹੁਤ ਸਾਰੇ ਚਿੰਤਕ ਵੀ ਹੋਏ ਆ, ਫਿਲੋਸਫਰ ਵੀ ਹੋਏ ਆ, ਦਾਰਸ਼ਨਿਕ ਵੀ ਹੋਏ ਆ, ਜਿਨ੍ਹਾਂ ਨੇ ਵੱਖੋ ਵੱਖਰੇ ਜਿਹੜੇ ਫਲਸਫੇ ਜਿਹੜੇ ਪੇਸ਼ ਕੀਤੇ ਆ। ਹਾਂਜੀ, ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਮਨੁੱਖ ਆ ਇਹਦੀ ਬਿਹਤਰੀ ਲਈ, ਜਿਹੜਾ ਸਾਡਾ ਸਮਾਜ ਆ ਇਹਦੇ ਵਿੱਚ ਇਹੋ ਜਿਹੀ ਸਿਰਜਣਾ ਕੀਤੀ ਜਾਵੇ ਜਿਹਦੇ ਨਾਲ ਮਨੁੱਖ ਜਿਹੜਾ ਆ ਸੁਖੀ ਢੰਗ ਨਾਲ ਰਹਿ ਸਕੇ। ਪਰ ਜਿਹੜਾ ਸਭ ਤੋਂ ਉੱਚਤਮ ਉੱਚਾ ਅਤੇ ਜਿਹਦੀ ਅੱਜ ਤੱਕ ਕੋਈ ਵੀ ਫਿਲੋਸਫਰ ਜਾਂ ਕੋਈ ਵੀ ਜਿਹੜਾ ਲੌਜਿਕ ਆ ਉਹ ਵਿਰੋਧ ਤਾਂ ਨਹੀਂ ਕਰ ਸਕਿਆ, ਉਹ ਮਾਰਕਸਵਾਦ ਲੈਨਨਵਾਦ ਆ। ਇਸ ਫਲਸਫੇ ਦੇ ਬਾਨੀ ਐਫ ਐਂਜਲ ਅਤੇ ਕਾਰਲ ਮਾਰਕਸ ਸਨ, ਜਿਨ੍ਹਾਂ ਨੇ 1848 ਦੇ ਵਿੱਚ ਕੈਮਿਸਟ ਮੈਨੂਫੈਸਟੋ ਜਿਹੜਾ ਆ ਉਹ ਪੇਸ਼ ਕੀਤਾ ਸੀ, ਔਰ ਉਹਦੇ ਆਧਾਰ 'ਤੇ ਹੀ ਜਿਹੜਾ ਸਮਾਜ ਦੇ ਵਿੱਚ ਤਬਦੀਲੀ ਕਿਵੇਂ ਆਉਣੀ ਆ ਇਹਨੂੰ ਪੇਸ਼ ਕਰਨ ਲਈ ਉਹਨਾਂ ਨੇ ਜੋ ਸਿਧਾਂਤ ਦਿੱਤਾ, ਔਰ ਉਸ ਸਿਧਾਂਤ ਦੇ ਉੱਤੇ ਜਿਹੜਾ ਸਾਡਾ ਸਮਾਜ ਆ ਇਹ ਬਹੁਤ ਸਾਰੀਆਂ ਵੱਖੋ ਵੱਖਰੀਆਂ ਸਟੇਜਾਂ 'ਚੋਂ ਨਿਕਲਦਾ ਹੋਇਆ ਅੱਜ ਪੂੰਜੀਵਾਦ ਤੋਂ ਗਾਂ ਸਾਮਰਾਜਵਾਦ 'ਚ ਆ ਗਿਆ, ਔਰ ਇਹਦੀ ਆਖਰੀ ਸਟੇਜ ਜਿਹੜੀ ਹੁੰਦੀ ਉਹ ਕੌਮਨਿਜ਼ਮ ਹੁੰਦੀ ਆ, ਜਿਹਨੂੰ ਅਸੀਂ ਸਾਮਵਾਦ ਵੀ ਕਹਿੰਦੇ ਹਾਂ। ਉਸ ਸਾਮਵਾਦ ਬਾਰੇ ਜਿਹੜੇ ਨਿਯਮ ਦਿੱਤੇ ਆ ਉਹਨਾਂ ਨੂੰ ਅਸੀਂ ਮਾਰਕਸਵਾਦ ਲੈਨਿਨਵਾਦ ਵੀ ਕਹਿੰਦੇ ਹਾਂ। ਠੀਕ ਹੈ ਜੀ, ਅਤੇ ਇਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਇਹਨਾਂ ਦੇ ਸਿਧਾਂਤ ਕੀ ਹੈਗੇ ਆ, ਕਮਿਊਨਿਜ਼ਮ ਦੇ ਕੀ ਕੀ ਸਿਧਾਂਤ ਹੈਗੇ ਜਿਨ੍ਹਾਂ ਦੇ ਆਧਾਰ 'ਤੇ ਇਹਦਾ ਢਾਂਚਾ ਜਿਹੜਾ ਖੜਾ ਹੈਗਾ? ਕੌਮਨਿਜ਼ਮ ਜਿਹੜਾ ਹੈ ਇਹ ਮਨੁੱਖੀ ਸਮਾਜ ਦਾ ਆਖਰੀ ਜਿਹੜਾ ਪੜਾਅ ਜਾਂ ਸਟੇਜ ਆ। ਹਾਂਜੀ, ਜਦੋਂ ਇਸ ਦੁਨੀਆ ਦੇ ਉੱਤੇ ਮਨੁੱਖ ਪੈਦਾ ਹੋਇਆ, ਜਦੋਂ ਇਹ ਦੁਨੀਆ ਦੇ ਅੰਦਰ ਵਿਕਾਸ ਹੋਇਆ ਤਾਂ ਪਹਿਲੀ ਜਿਹੜਾ ਸਟੇਜ ਜਾਂ ਪੜਾਅ ਸੀ ਉਹਨੂੰ ਪ੍ਰੀ ਕਮਿਊਨ ਕਹਿੰਦੇ ਹਾਂ। ਉਸ ਪ੍ਰੀ ਕਮਿਊਨ ਦੇ ਵਿੱਚ ਨਾ ਕੋਈ ਅਮੀਰ ਸੀ ਨਾ ਗਰੀਬ ਸੀ, ਸਾਰੀ ਜਿਹੜੀ ਕੁਦਰਤ ਜਾਂ ਸ੍ਰਿਸ਼ਟੀ ਦੀ ਜਿਹੜੀ
ਪੈਦਾਵਾਰ ਸੀ ਜਾਂ ਉਸ ਪੜਾਅ ਦੇ ਉੱਤੇ ਜੋ ਕੁਛ ਸੀ, ਨਦੀਆਂ ਨਾਲੇ ਜੰਗਲ ਸਭ ਕੁਛ ਜਿਹੜਾ ਮਨੁੱਖ ਦਾ ਸਾਂਝਾ ਸੀ, ਉੱਥੇ ਨਿੱਜੀ ਮਾਲਕੀ ਹੈਨੀ ਸੀ ਉਹਦੇ ਵਿੱਚੋਂ। ਜਦੋਂ ਕਿਉਂਕਿ ਰਿਸ਼ਤੇ ਜਿਹੜੇ ਡਿਵੈਲਪ ਹੁੰਦੇ ਗਏ ਔਰ ਰਿਸ਼ਤੇ ਡਿਵੈਲਪ ਹੋਣ ਨਾਲ ਪ੍ਰੋਡਕਸ਼ਨ ਵੀ ਵੱਧਦੀ ਗਈ ਔਰ ਇਹਨਾਂ ਪ੍ਰੋਡਕਸ਼ਨਾਂ ਦੇ ਵਿੱਚੋਂ ਇੱਕ ਵਿਰੋਧ ਵਿਕਾਸ ਹੁੰਦਾ, ਉਹ ਵਿਰੋਧ ਵਿਕਾਸ ਹੋਣ ਨਾਲ ਫਿਰ ਗੁਲਾਮਦਾਰੀ ਯੁੱਗ ਆਇਆ, ਉਹਦੇ ਬਾਅਦ ਫਿਰ ਜਿਹਨੂੰ ਫਿਊਡਲਿਜ਼ਮ ਕਹਿੰਦੇ ਹਾਂ, ਬਾਅਦ ਵਿੱਚ ਫਿਰ ਪੂੰਜੀਵਾਦ ਆਇਆ, ਪੂੰਜੀਵਾਦ ਦੇ ਬਾਅਦ ਬਸਤੀਵਾਦ ਆਇਆ, ਬਸਤੀਵਾਦ ਦੇ ਬਾਅਦ ਸਾਮਰਾਜ ਆਇਆ। ਸਾਮਰਾਜ ਦਾ ਜਿਹੜਾ ਅੰਤ ਆ ਉਹ ਆਪਣੀ ਕਬਰ ਆਪ ਪੁੱਟਦਾ ਅਤੇ ਉਹਦੇ ਵਿੱਚੋਂ ਸਮਾਜਵਾਦ ਜਿਹਨੂੰ ਅਸੀਂ ਸੋਸ਼ਲਿਜ਼ਮ ਕਹਿੰਦੇ ਹਾਂ ਉਹ ਆਉਂਦਾ ਅਤੇ ਕਮਿਊਨਿਜ਼ਮ ਆਉਂਦਾ ਆ। ਔਰ ਇਸ ਸਿਧਾਂਤ ਦੇ ਵਿੱਚ ਜਿਹੜੀ ਇੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਆ ਉਹਦਾ ਖਾਤਮਾ ਹੁੰਦਾ ਆ, ਜਿਹਦੇ ਬਾਰੇ ਕਾਰਲ ਮਾਰਕਸ ਨੇ ਬਹੁਤ ਵਧੀਆ ਢੰਗ ਦੇ ਨਾਲ, ਬੜਾ ਸਰਲ ਢੰਗ ਦੇ ਨਾਲ ਹੁਣ ਗੱਲ ਜਿਹੜੀ ਆ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਇੱਕ ਵਰਗ ਜਿਹੜਾ ਕਿਰਤ ਕਰਦਾ ਆ ਉਹਦੇ ਉੱਤੇ ਚੰਦ ਲੋਕ ਕਹਿ ਲਓ ਜਾਂ ਪੂੰਜੀਪਤੀ ਕਬਜ਼ਾ ਕਰ ਲੈਂਦੇ, ਜਿਹੜੀ ਉਹਦੀ ਪੈਦਾਵਾਰ ਹੁੰਦੀ ਆ ਔਰ ਉਹਦੇ ਵਿੱਚੋਂ ਇੱਕ ਮੁਨਾਫਾ ਜਿਹੜਾ ਪੈਦਾ ਹੁੰਦਾ ਆ, ਉਸ ਮੁਨਾਫੇ ਦਾ ਹੱਕਦਾਰ ਕੌਣ ਆ? ਜੇ ਉਹ ਹੱਕਦਾਰ ਮੁੜ ਕੇ ਉਹ ਮਾਲਕ ਬਣ ਜਾਂਦਾ ਤਾਂ ਉਹਦੀ ਪੂੰਜੀ ਵਧੀ ਜਾਏਗੀ, ਜੇ ਉਹ ਸਮਾਜ ਦੀ ਜਿਹੜੀ ਆਮਦਨ ਹੋਵੇਗੀ, ਕੌਮ ਦੀ ਆਮਦਨ ਹੋਵੇਗੀ, ਲੋਕਾਂ 'ਤੇ ਖਰਚ ਕੀਤੀ ਜਾਏਗੀ ਤਾਂ ਉਹ ਸਮਾਜਵਾਦ ਜਾਂ ਲੋਕਾਂ ਦੀਆਂ ਲੋੜਾਂ ਜਿਹੜੀਆਂ ਉਹਦੀ ਪੂਰਤੀ 'ਤੇ ਖਰਚ ਜਾਏਗੀ। ਜਿਹੜਾ ਇਹ ਇੱਕ ਪਾੜਾ ਆ, ਜਿਹੜਾ ਇਹ ਇੱਕ ਲੁੱਟ ਖਸੁੱਟ ਆ, ਜੇ ਇਹ ਖਤਮ ਹੋ ਜਾਏ ਮਨੁੱਖ ਹੱਥੋਂ ਮਨੁੱਖ ਦੀ ਅਤੇ ਮਨੁੱਖ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਦਿੱਤੀ ਜਾਵੇ ਤਾਂ ਫਿਰ ਉਹਨੂੰ ਅਸੀਂ ਉਸ ਸਮਾਜ ਨੂੰ, ਉਸ ਅਵਸਥਾ ਨੂੰ ਸੋਸ਼ਲਿਜ਼ਮ ਜਾਂ ਸਮਾਜਵਾਦ ਕਹਿੰਦੇ। ਸਮਾਜਵਾਦ ਆਖਰੀ ਪੜਾਅ ਜਿਹੜਾ ਸਮਾਜਵਾਦ ਦਾ ਆ ਉਹਨੂੰ ਕੌਮਨਿਜ਼ਮ ਕਹਿੰਦੇ ਆ। ਜਦੋਂ ਸਾਰੀ ਦੁਨੀਆ 'ਚ ਸਮਾਜਵਾਦ ਆ ਜਾਏਗਾ ਫਿਰ ਕੌਮਨਿਜ਼ਮ ਆਏਗਾ, ਕਿਉਂਕਿ ਫਿਰ ਉਸ ਵੇਲੇ ਨਾ ਕੋਈ ਦੇਸ਼ ਇੱਕ ਦੂਜੇ ਨਾਲ ਲੜੇਗਾ, ਫਿਰ ਦੁਨੀਆ ਵਿੱਚ ਅਮਨ ਹੋਏਗਾ, ਕੋਪਰੇਸ਼ਨ ਹੋਏਗੀ ਔਰ ਹਰ ਮਨੁੱਖ ਨੂੰ ਮਾਨਤਾ ਦਿੱਤੀ। ਸੋ ਹਾਂਜੀ, ਆਪਾਂ ਇਸ ਵਿਸ਼ੇ 'ਤੇ ਵੀ ਅੱਗੇ ਗੱਲ ਕਰਾਂਗੇ। ਸੋ ਤੁਹਾਡਾ ਮਤਲਬ ਹੈ ਜਿਹੜਾ ਕਮਿਊਨਿਜ਼ਮ ਆ ਇਹ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨੂੰ ਰੋਕਣ ਦਾ ਇਹਦਾ ਮੁੱਖ ਸਿਧਾਂਤ ਹੈਗਾ ਅਤੇ ਜਿਹੜੇ ਸਮਾਜ ਦੇ ਵਿੱਚ ਜਿੰਨੇ ਵੀ ਕੁਦਰਤੀ ਸਾਧਨ ਆ ਉਹਨਾਂ ਦੇ ਉੱਪਰ ਇੱਕ ਸਾਂਝਾ ਪਬਲਿਕ ਦਾ ਹੱਕ ਹੋਵੇ, ਨਾ ਕਿ ਕਿਸੇ ਇੱਕ ਬੰਦੇ ਦਾ ਹੱਕ ਹੋਵੇ। ਸੋ ਮੈਨੂੰ ਇੰਨੀ ਕੁ ਗੱਲ ਵਿੱਚੋਂ ਸਮਝ ਆਈ ਆ ਕਿ ਇਹ ਲੋਕ ਹੱਕਾਂ ਦੀ ਗੱਲ ਕਰਦਾ ਹੈਗਾ ਕਿ ਹਰ ਇੱਕ ਚੀਜ਼ ਦੇ ਉੱਪਰ ਸਾਰੇ ਮਨੁੱਖਾਂ ਦਾ ਬਰਾਬਰ ਦਾ ਅਧਿਕਾਰ ਹੋਣਾ ਚਾਹੀਦਾ। ਸੋ ਇਹਦੇ ਵਿੱਚ ਇੱਕ ਪੜਾਅ ਆਉਂਦਾ ਹੈਗਾ ਪੂੰਜੀਵਾਦ। ਸੋ ਪੂੰਜੀਵਾਦ ਦੇ ਨਾਲੋਂ ਕਮਿਊਨਿਜ਼ਮ ਕਿਸ ਤਰ੍ਹਾਂ ਭਿੰਨ, ਇਹਨੂੰ ਥੋੜ੍ਹਾ ਖੋਲ੍ਹ ਕੇ ਦੱਸੋ ਕਿ ਪੂੰਜੀਵਾਦ ਕੀ ਹੈ ਅਤੇ ਕਮਿਊਨਿਜ਼ਮ ਆ ਜਿਹੜਾ ਉਹ ਤੋਂ ਕਿਸ ਤਰ੍ਹਾਂ ਅਲੱਗ ਆ? ਪੂੰਜੀਵਾਦ ਜਦੋਂ ਮਨੁੱਖ ਰਾਹੀਂ ਕਿਰਤ ਕੀਤੀ ਜਾਂਦੀ ਪੂੰਜੀ ਨੂੰ, ਹਾਂਜੀ, ਚੰਦ ਬੰਦੇ ਆਪਣੇ ਹੱਥਾਂ ਦੇ ਵਿੱਚ ਇਕੱਠਾ ਕਰ ਲੈਣ ਉਹਨੂੰ ਪੂੰਜੀਵਾਦ ਕਹਿੰਦੇ ਆ। ਇੱਕ ਕਾਰਖਾਨਾ ਆ, ਉਹਦੇ ਵਿੱਚ ਪ੍ਰੋਡਕਸ਼ਨ ਹੁੰਦੀ ਆ, ਠੀਕ ਹੈ, ਮਾਲਕ ਉਸ ਪ੍ਰੋਡਕਸ਼ਨ ਨੂੰ ਕਿਰਤੀਆਂ ਨੂੰ ਤਾਂ ਬਹੁਤ ਘੱਟ ਹੈ ਉਹਦੀ ਕਿਰਤ ਦਾ ਜਾਂ ਉਦਰਤ ਦਾ ਹਿੱਸਾ ਦਿੰਦਾ ਆ, ਲੇਕਿਨ ਵਾਧੂ ਮੁਨਾਫੇ ਦਾ ਹਿੱਸਾ ਜਿਹੜਾ ਉਹ ਆਪਣੇ ਕੋਲ ਰੱਖਦਾ, ਉਸ ਮੁਨਾਫੇ ਨੂੰ ਫਿਰ ਉਹ ਪੂੰਜੀ ਵਿੱਚ ਵਰਤਦਾ ਔਰ ਉਹਦੀ ਪੂੰਜੀ ਵਧਦੀ ਜਾਂਦੀ ਹੈ ਔਰ ਫਿਰ ਉਹ ਬਹੁਤ ਵੱਡਾ ਹੋ ਜਾਂਦਾ ਔਰ ਵੱਡਾ ਹੋ ਕੇ ਉਹ ਬਹੁਤ ਸਾਰੇ ਜਿਹੜੇ ਪ੍ਰੋਡਕਸ਼ਨ ਨੇ, ਪ੍ਰੋਡਕਸ਼ਨ ਦੇ ਸਾਧਨ ਨੇ ਜਿੱਥੋਂ ਪੈਦਾਵਾਰ ਹੁੰਦੀ ਉਹਨਾਂ 'ਤੇ ਕਬਜ਼ੇ ਕਰ ਲੈਂਦਾ ਅਤੇ ਮਨੁੱਖ ਜਿਹੜਾ ਆ, ਕਿਰਤੀ ਜਿਹੜਾ ਆ, ਵਰਕਿੰਗ ਕਲਾਸ ਜਿਹੜੀ ਆ ਉਹਦੇ ਅਧੀਨ ਹੁੰਦੀ ਜਾਂਦੀ ਆ। ਤਾਂ ਫਿਰ ਉਹ ਜਿਹੜੀ ਰਾਜ ਸਤਾ ਆ, ਸਟੇਟ ਆ, ਉਹਦੇ 'ਤੇ ਵੀ ਕਬਜ਼ਾ ਕਰ ਲੈਂਦਾ। ਸਾਰਾ ਮੀਡੀਆ, ਸਾਰਾ ਇਲੈਕਟ੍ਰੋਨਿਕ ਮੀਡੀਆ, ਸਾਰਾ ਸਿਸਟਮ ਜਿਹੜਾ ਆ ਉਹਦੇ ਥੱਲੇ ਹੁੰਦਾ, ਫਿਰ ਉਹ ਸਟੇਟ ਨੂੰ ਆਪਣੇ ਹਿੱਤ ਵਿੱਚ ਵਰਤਦਾ। ਕਈ ਵਾਰੀ ਅਸੀਂ ਕਹਿੰਦੇ ਵੀ ਸ਼ਾਇਦ ਜਿਹੜੀ ਰਾਜ ਸਤਾ ਆ ਇਹ ਲੋਕਾਂ ਦੇ ਹਿੱਤ ਵਿੱਚ ਹੁੰਦੀ ਆ, ਜਿਹੜੀ ਕਾਨੂੰਨ ਆ, ਪੁਲਿਸ ਆ, ਅਸੈਂਬਲੀ ਆ ਜਾਂ ਮੀਡੀਆ, ਇਹ ਅਸਲ ਉਸ ਜਮਾਤ ਦਾ, ਉਹਨਾਂ ਪੂੰਜੀਪਤੀਆਂ ਦਾ ਹੁੰਦਾ। ਉੱਥੇ ਨਾ ਤਾਂ ਕੋਈ ਜਨਵਾਦ ਹੁੰਦਾ ਆ
ਨਾ ਮਨੁੱਖੀ ਆਜ਼ਾਦੀ ਹੁੰਦੀ ਆ, ਨਾ ਕਿਰਤ ਦੀ ਲੁੱਟ ਹੁੰਦੀ ਆ, ਨਾ ਲੋਕਾਂ ਵਿੱਚ ਸਮਾਨਤਾ ਹੁੰਦੀ ਆ। ਲੇਕਿਨ ਇਹਦੇ ਬਰਾਬਰ ਜਿਹੜਾ ਸਮਾਜਵਾਦ ਆਉਂਦਾ ਆ, ਉੱਥੇ ਪਹਿਲੀ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਨਿੱਜੀ ਜਾਇਦਾਦ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ, ਮਨੁੱਖ ਹੱਥੋਂ ਮਨੁੱਖ ਦੀ ਜਿਹੜੀ ਕਿਰਤ ਦੀ ਲੁੱਟ ਹੁੰਦੀ ਆ ਉਹ ਖਤਮ ਹੋ ਜਾਂਦੀ ਆ। ਜਿਹੜਾ ਨਿਜ਼ਾਮ ਜਾਂ ਸਟੇਟ ਜਿਹੜੀ ਉੱਥੇ ਬਣਦੀ ਆ ਉਹਦੇ 'ਤੇ ਲੋਕਾਂ ਦਾ ਕਬਜ਼ਾ ਹੋਏਗਾ, ਨਾ ਕਿ ਚੰਦ ਵਿਅਕਤੀਆਂ ਦੀਆਂ ਉਹਦੇ 'ਤੇ ਕਬਜ਼ਾ ਕਰੇਗੀ। ਇਸ ਵਾਸਤੇ ਉਹ ਜਿਹੜੀ ਸਟੇਟ ਹੋਏਗੀ, ਉਹ ਜਿਹੜਾ ਰਾਜ ਸਤਾ ਹੋਏਗਾ, ਉਹ ਕਿਰਤੀਆਂ ਦਾ ਹੋਏਗਾ। ਕਿਰਤੀ ਫਿਰ ਉਸ ਪੂੰਜੀ ਨੂੰ, ਉਸ ਮੁਨਾਫੇ ਨੂੰ ਲੋਕਾਂ ਦੇ ਹਿੱਤ ਵਿੱਚ ਵਰਤਣਗੇ। ਹਾਂਜੀ, ਇਹ ਸਭ ਤੋਂ ਵੱਡਾ ਹੈ ਵੀ ਜਿੱਥੇ ਕਿਰਤ ਦੀ ਲੁੱਟ ਨਹੀਂ ਹੁੰਦੀ, ਸਾਰਿਆਂ ਨੂੰ ਇਨਸਾਫ਼ ਅਤੇ ਬਰਾਬਰਤਾ ਮਿਲੇ। ਠੀਕ ਆ ਹਾਂਜੀ। ਅਤੇ ਇਸ ਟਾਈਮ ਕੋਈ ਦੁਨੀਆ ਦਾ ਦੇਸ਼ ਹੈਗਾ ਜਿੱਥੇ ਇਹ ਫਲਸਫਾ ਲਾਗੂ ਹੋਇਆ ਹੋਵੇ ਜਾਂ ਚੱਲ ਰਿਹਾ ਹੋਵੇ ਇਸ ਟਾਈਮ ਇਹਨਾਂ ਦਿਨਾਂ ਦੇ ਵਿੱਚ? 1917 ਵਿੱਚ ਸਭ ਤੋਂ ਪਹਿਲਾਂ ਇਨਕਲਾਬ ਜਿਹੜਾ ਆ, ਵੈਸੇ ਤਾਂ 1871 ਦੇ ਵਿੱਚ ਫਰਾਂਸ ਵਿੱਚ ਆਇਆ ਸੀ, ਠੀਕ ਹੈ, ਪਰ ਉਹ ਬਹੁਤ ਥੋੜ੍ਹੇ ਦਿਨਾਂ ਤੱਕ ਹੀ ਜਿਉਂਦਾ ਰਹਿ ਸਕਿਆ। ਉਹਦੇ ਕਾਰਨ ਸੀ, ਦੁਨੀਆ ਵਿੱਚ ਪਹਿਲਾਂ ਇੱਕ ਉਦਾਹਰਨ ਸੀ ਸਮਾਜਵਾਦ ਦੀ ਜਾਂ ਸੋਸ਼ਲਿਜ਼ਮ ਦੀ, ਔਰ ਜਿਹੜੀ ਇਹਦੀ ਅਵਸਥਾ ਸੀ ਇਹਦੇ ਜਾਂ ਆਲੇ ਦੁਆਲੇ ਇੱਦਾਂ ਦਾ ਘੇਰਾ ਸੀ ਵੀ ਉਹਨੂੰ ਸਰਵਾਈਵ ਰਹਿਣ ਲਈ ਬਹੁਤ ਘੋਲ ਕਰਨਾ ਪਿਆ। ਪਹਿਲਾ ਜਿਹੜਾ ਇਨਕਲਾਬ ਆਇਆ ਦੁਨੀਆ ਵਿੱਚ, ਅਸਲੀ ਇਨਕਲਾਬ ਜਿਹੜਾ ਆਇਆ ਉਹਨੂੰ ਅਸੀਂ ਮਹਾਨ ਰੂਸੀ ਜਾਂ ਸੋਸ਼ਲਿਸਟ ਰਸ਼ੀਆ ਦਾ ਇਨਕਲਾਬ ਕਹਿੰਦੇ, 1917 'ਚ ਆਇਆ, ਔਰ ਉਹ ਕਾਫੀ ਚਿਰ 1991 ਤੱਕ ਜਿਹੜਾ ਸਰਵਾਈਵ ਕੀਤਾ, ਔਰ ਉਸ ਇਨਕਲਾਬ ਨੇ ਦੁਨੀਆ ਅੰਦਰ ਬਹੁਤ ਤਬਦੀਲੀਆਂ ਲਿਆਂਦੀਆਂ। ਉੱਥੋਂ ਲੋਕ ਜਾਗਰਤ ਹੋ ਕੇ, ਕੌਮਾਂ ਜਾਗਰਤ ਹੋ ਕੇ, ਗਰੀਬ ਦੇਸ਼ ਕੰਮ ਕੌਮ ਮਤਲਬ ਉੱਥੋਂ ਜਾਗਰਤ ਹੋ ਕੇ ਉਹਨਾਂ ਨੇ ਬੜੇ ਵੱਡੇ ਸੰਘਰਸ਼ ਕੀਤੇ ਆ, ਉਹਨਾਂ ਨੇ ਆਜ਼ਾਦੀਆਂ ਪ੍ਰਾਪਤ ਕੀਤੀਆਂ, ਲੋਕਾਂ ਨੇ ਆਪਣੇ ਹੱਕ ਪ੍ਰਾਪਤ ਕੀਤੇ। ਜੇ ਅੱਜ ਅਮਰੀਕਾ, ਕੈਨੇਡਾ, ਯੂਰਪ, ਦੂਜੇ ਦੇਸ਼ਾਂ 'ਚ, ਹਿੰਦੁਸਤਾਨ 'ਚ, ਏਸ਼ੀਆ 'ਚ ਅੱਜ ਵਰਕਿੰਗ ਕਲਾਸ ਨੂੰ ਮਾੜੇ ਮੋਟੇ ਥੋੜ੍ਹੇ ਬਹੁਤੇ ਜਿਹੜੇ ਹੱਕ ਮਿਲੇ ਹੋ ਆ, ਮਿਨੀਮਮ ਵੇਜ ਆ ਜਾਂ ਹੋਰ ਭੱਤੇ ਮਿਲਦੇ ਆ ਜਾਂ ਸੋਸ਼ਲ ਸਿਕਿਉਰਿਟੀ ਮਿਲੀ ਹੋਆ, ਇਹ ਰੂਸੀ ਇਨਕਲਾਬ ਦੇ ਦਬਾਅ ਥੱਲੇ ਆ ਵੀ ਪੂੰਜੀਪਤੀ ਇੰਨਾ ਭੈਭੀਤ ਹੋ ਗਿਆ ਸੀ ਵੀ ਜੇ ਸਾਡੇ ਵੀ ਇਨਕਲਾਬ ਆ ਗਿਆ ਤਾਂ ਸਾਡੀਆਂ ਜਿਹੜੀਆਂ ਗੱਦੀਆਂ, ਸਾਡਾ ਰਾਜ ਪ੍ਰਬੰਧ ਖਤਮ ਹੋ ਜਾਏਗਾ। ਇਸ ਵਾਸਤੇ ਉਹਨਾਂ ਨੇ ਇਹਨੂੰ ਰੋਕਣ ਲਈ ਹੀ ਆ ਮਾੜਾ ਮੋਟਾ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਇਸ ਵਾਸਤੇ ਰੂਸ ਦੇ ਇਨਕਲਾਬ ਬਾਅਦ ਦੁਨੀਆ ਅੰਦਰ ਬਹੁਤ ਵੱਡੀਆਂ ਤਬਦੀਲੀਆਂ ਆਈਆਂ। ਚੀਨ ਵਿੱਚ 1948 'ਚ ਆਇਆ, 52 'ਚ ਉੱਤਰੀ ਕੋਰੀਆ 'ਚ ਆਇਆ, 67 ਵਿੱਚ ਵੀਤਨਾਮ 'ਚ ਆ ਗਿਆ, ਉਹਦੇ ਬਾਅਦ ਜਿਹੜਾ ਕਿਊਬਾ ਆ 1952 'ਚ ਉੱਥੇ ਆਇਆ, ਅਤੇ ਬਹੁਤ ਸਾਰੇ ਦੇਸ਼ ਜਿਹੜੇ ਆਜ਼ਾਦ ਹੋਏ ਆ ਉਹ ਵੀ ਇੱਕ ਇਨਕਲਾਬ ਹੀ ਆ। ਸਾਡੇ ਅਫਰੀਕਨ ਦੇਸ਼, ਸਾਡੇ ਏਸ਼ੀਆ ਦੇ ਦੇਸ਼ ਸਾਰੇ ਹੀ ਬਸਤੀਵਾਦੀ ਦੇਸ਼ ਸਨ, ਉੱਥੇ ਅੰਗਰੇਜ਼ਾਂ ਨੂੰ, ਫਰਾਂਸੀਸੀਆਂ ਨੂੰ, ਪੁਰਤਗਾਲੀਆਂ ਨੂੰ, ਸਪੇਨੀਆਂ ਨੂੰ, ਜਰਮਨਾਂ ਨੂੰ ਛੱਡਣਾ ਪਿਆ। ਇਹ ਵੀ ਇੱਕ ਤਬਦੀਲੀ ਆ ਜਿਹੜਾ ਮਾਰਕਸਵਾਦ ਚਾਹੁੰਦਾ ਆ। ਹਾਂਜੀ, ਗੱਲ ਕਰਦੇ ਹਾਂ ਤਾਂ ਤੁਹਾਡੀਆਂ ਗੱਲਾਂ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਜਿਹੜਾ ਤੁਹਾਡਾ ਕਹਿਣਾ ਇਹ ਆ ਕਿ ਜਿਹੜਾ ਰੂਸ ਦੇ ਵਿੱਚ ਇਨਕਲਾਬ ਆਇਆ, ਕਮਿਊਨਿਜ਼ਮ ਆਇਆ, ਉਹਦਾ ਹੀ ਪ੍ਰਭਾਵ ਆ ਕਿ ਦੂਸਰੇ ਦੇਸ਼ਾਂ ਦੇ ਵਿੱਚ ਅੱਜ ਲੇਬਰ ਵਾਸਤੇ ਮਿਨੀਮਮ ਵੇਜਸ ਜਾਂ ਹੋਰ ਸਹੂਲਤਾਂ ਹਨ। ਸੋ ਇਹ ਤੁਸੀਂ ਕਹਿੰਦੇ ਆ ਵੀ ਉਹਦੇ ਵਿੱਚੋਂ ਸਾਰੀ ਦੁਨੀਆ ਦੇ ਵਿੱਚ ਸਹੂਲਤਾਂ? ਬਿਲਕੁਲ, ਗੱਲ ਦਰੁਸਤ ਆ, ਅਜੇ ਤੱਕ ਵੀ ਦਰੁਸਤ ਆ ਵੀ ਜਿਹੜਾ ਸੋਵੀਅਤ ਯੂਨੀਅਨ ਦਾ 1917 ਦਾ ਮਹਾਨ ਅਕਤੂਬਰ ਇਨਕਲਾਬ ਸੀ, 7 ਨਵੰਬਰ 1917 ਨੂੰ ਆਇਆ, ਉਹਦੇ ਦਬਾਅ ਥੱਲੇ, ਉਹਦੇ ਡਰ ਥੱਲੇ, ਉਹਦਾ ਜਿਹੜਾ ਜਿਹਨੂੰ ਅਸੀਂ ਪਲੂਰਲਿਜ਼ਮ ਕਹਿੰਦੇ ਹਾਂ ਜਾਂ ਦੋ ਧਰੂਵੀ ਆਰਥਿਕਤਾ ਹੋਣ ਕਰਕੇ, ਪਹਿਲਾਂ ਦੁਨੀਆ ਵਿੱਚ ਇੱਕੋ ਤਰ੍ਹਾਂ ਦੀ ਆਰਥਿਕਤਾ ਸੀ ਜਿਹਨੂੰ ਐਕਸਪਲਾਈਟੇਸ਼ਨ ਆਫ ਦੀ ਮੈਨ ਬਾਈ ਦੀ ਮੈਨ ਕਹਿੰਦੇ ਸੀ, ਇੱਕ ਮਨੁੱਖ ਦੂਜੇ ਮਨੁੱਖ ਨੂੰ ਲੁੱਟਦਾ। ਅਤੇ ਪੂੰਜੀਪਤੀਆਂ ਨੇ ਇਹੋ ਜਿਹੇ ਆਪਣੇ ਅਰਥ ਸ਼ਾਸਤਰੀ ਆਰਥਿਕ ਪ੍ਰੋਗਰਾਮ ਬਣਾਇਆ ਸੀ ਵੀ ਮਨੁੱਖ ਆਪਣੀ ਮੁਕਤੀ ਲਈ ਉੱਠ ਹੀ ਨਹੀਂ ਸਕਦਾ ਸੀ। ਲੇਕਿਨ ਰੂਸ ਦੇ ਉਸ ਇਨਕਲਾਬ ਨੇ ਲੋਕਾਂ ਨੂੰ ਝਿਜੋੜਿਆ, ਕੌਮਾਂ ਨੂੰ ਝਿਜੋੜਿਆ, ਦੇਸ਼ਾਂ ਨੂੰ ਝਿਜੋੜਿਆ, ਵਰਕਿੰਗ ਕਲਾਸ ਨੂੰ ਬਹੁਤ ਵੱਡਾ ਹਲੂਣਾ ਦਿੱਤਾ। ਅਤੇ ਲੋਕ ਜਿਹੜੇ ਸਵੇਰੇ ਸੂਰਜ ਚੜ੍ਹਦਾ ਸੀ ਅਤੇ ਸੂਰਜ ਛਿਪਦਾ ਸੀ, ਲੋਕਾਂ ਨੂੰ ਵਰਕਿੰਗ ਕਲਾਸ ਨੂੰ ਇਹ ਕੰਮ ਕਰਨਾ ਪੈਂਦਾ ਸੀ। ਇਸ ਕੈਨੇਡਾ 'ਚ ਵੀ, ਸਾਡੇ ਗੁਆਂਢੀ ਅਮਰੀਕਾ ਦੇ ਵਿੱਚ ਵੀ
ਔਰ ਉੱਥੇ 1886 ਦੇ ਵਿੱਚ 1 ਮਈ ਮਨਾਈ ਜਾਂਦੀ ਆ, ਜਦੋਂ ਸ਼ਿਕਾਗੋ ਦੇ ਵਿੱਚ ਕਿਰਤੀਆਂ ਨੇ ਕਿਹਾ ਸੀ ਵੀ ਅਸੀਂ 8 ਘੰਟੇ ਕੰਮ ਕਰਾਂਗੇ, ਐਤਵਾਰ ਦੀ ਛੁੱਟੀ ਹੋਏਗੀ, ਮਿਨੀਮਮ ਵੇਜ ਹੋਏਗੀ, ਔਰਤਾਂ ਦੇ ਬੱਚਿਆਂ ਨੂੰ ਬਰਾਬਰਤਾ ਹੋਏਗੀ। ਔਰ ਉੱਥੇ ਗੋਲੀ ਚੱਲੀ ਸੀ ਔਰ ਗੋਲੀ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਮਾਰੇ ਗਏ ਸੀ, ਲੇਕਿਨ ਉੱਥੇ ਅਮਨ ਦੇ ਵਿੱਚ ਜਿਹੜਾ ਆ ਉਹ ਰੂਸ ਦਾ ਇਨਕਲਾਬ ਹੀ ਆ ਜਿਹਨੇ ਲੋਕਾਂ ਨੂੰ ਜਗਾਇਆ। ਬਿਲਕੁਲ ਜੀ, ਇਹ ਗੱਲ ਸਪਸ਼ਟ ਹੋ ਗਈ ਆ। ਅਤੇ ਉਸ ਤੋਂ ਅੱਗੇ ਹੁਣ ਇਹ ਆ ਕਿ ਜਿਹੜਾ ਇਹ ਕਮਿਊਨਿਜ਼ਮ ਦਾ ਫਲਸਫਾ ਹੈ, ਕੀ ਇਹ ਸਮਾਜਿਕ ਫਲਸਫਾ, ਕੀ ਇਹ ਰਾਜਨੀਤਿਕ ਫਲਸਫਾ, ਜਾਂ ਇਹ ਦੋਨੇ ਆ? ਜਿਹੜਾ ਕਮਿਊਨਿਜ਼ਮ ਆ ਇਹ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਸਾਮਰਾਜ ਦੀ ਆਖਰੀ ਅਵਸਥਾ ਆ। ਠੀਕ ਹੈ, ਸਾਮਰਾਜ ਆਪਣੀ ਕਬਰ ਆਪ ਪੁੱਟਦਾ, ਕਿਉਂਕਿ ਇਹ ਇੰਨੀ ਪੂੰਜੀ ਆਪਣੇ ਕੋਲ ਇਕੱਠੀ ਕਰ ਲਓ, ਜਦੋਂ ਪੂੰਜੀ ਜਿਹੜੀ ਆ ਉਹ ਮੰਡੀ ਵਿੱਚ ਲੱਗੇਗੀ ਨਹੀਂ, ਮਰਵਾੜਾ ਆਪਣੇ ਆਪ ਇੰਨਾ ਆ ਜਾਏਗਾ ਜਿਹਨੂੰ ਰਿਸੈਸ਼ਨ ਕਿਹਾ ਜਾਂਦਾ। ਅਤੇ ਜਿਹੜੀ ਇਹ ਸਾਡਾ ਪੂੰਜੀ ਬਾਜ਼ਾਰ ਆ, ਸਾਡਾ ਸ਼ੇਅਰ ਬਾਜ਼ਾਰ ਆ, ਇਹ ਸਾਰਾ ਹੀ ਕੜੰਮ ਕਰਕੇ ਜਿਹਨੂੰ ਬਬਲਸ ਕਹਿੰਦੇ ਫਟਦਾ ਆ, ਉਹ ਫਟ ਜਾਂਦਾ। 2008 ਦਾ ਤੁਸੀਂ ਬਬਲਸ ਫਟਿਆ ਦੇਖਿਆ ਹੋਣਾ ਦੁਨੀਆਂ 'ਚ ਕਿੱਦਾਂ ਮਦਵਾੜਾ ਆਇਆ ਸੀ, ਬੇਰੁਜ਼ਗਾਰੀ ਇੰਨੀ ਫੈਲ ਜਾਊ ਦੁਨੀਆਂ ਅੰਦਰ, ਮਦਵਾੜਾ ਇੰਨਾ ਆ ਜਾਊ ਵੀ ਇਹਦਾ ਵਿਕਾਸ ਰੁਕ ਜਾਊ। ਜਦੋਂ ਵਿਕਾਸ ਰੁਕਦਾ ਤਾਂ ਪੂੰਜੀਵਾਦ ਸਰਵਾਈਵ ਨਹੀਂ ਕਰ ਸਕਦਾ, ਉਹ ਪੂੰਜੀ ਜਿਹੜੀ ਆ ਉਹ ਜ਼ੀਰੋ ਹੋ ਜਾਊ, ਉਹ ਜਿਹੜੇ ਨੋਟ ਆ ਖਤਮ ਹੋ ਜਾਣਗੇ। ਇਸ ਵਾਸਤੇ ਉਹਦੇ ਬਾਹਰ ਕਮਿਊਨਿਜ਼ਮ ਜਿਹੜਾ ਆ ਉਹ ਇੱਕ ਸਟੇਜ ਆਉਂਦੀ ਆ, ਪਰ ਉਹ ਆਪਣੇ ਆਪ ਨਹੀਂ ਆਉਂਦੀ। ਪਰ ਤੁਸੀਂ ਹੁਣ ਇੱਥੇ ਆਪਾਂ ਨੂੰ ਗੱਲ ਕਰਨੀ ਜ਼ਰੂਰੀ ਆ, ਤੁਸੀਂ ਕਹਿ ਰਹੇ ਕਿ ਪੂੰਜੀਵਾਦ ਖਤਮ ਹੋ ਜਾਊਗਾ ਅਤੇ ਫਿਰ ਇਹ ਕਮਿਊਨਿਜ਼ਮ ਦੀ ਸਟੇਜ ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਇਹ ਆਪਣੇ ਆਪ ਨਹੀਂ ਆਉਂਦੀ, ਲਿਆਉਣੀ ਪੈਂਦੀ ਆ। ਸੋ ਉਦੋਂ ਪਹਿਲਾਂ ਗੱਲ ਇਹ ਆਉਂਦੀ ਕਿ ਇਸ ਟਾਈਮ ਜਿਹੜੀ ਪੂੰਜੀਵਾਦ ਦੀ ਦੁਨੀਆਂ ਦੇ ਵਿੱਚ ਸਥਿਤੀ ਆ ਉਹ ਕੀ ਆ, ਕਿਉਂਕਿ ਪੂੰਜੀਵਾਦ ਤਾਂ ਲੱਗਦਾ ਉੱਪਰ ਜਾ ਰਿਹਾ। ਸੋ ਬਿਲਕੁਲ ਗੱਲ ਦੋਸਤ ਆ, ਇਹ ਤੋਂ ਅਸੀਂ ਮੁਨਕਾਰੀ ਨਹੀਂ ਹੋ ਸਕਦੇ। 1991 ਦੇ ਵਿੱਚ ਸਮਾਜਵਾਦੀ ਰੂਸ ਜਾਂ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਬਾਅਦ ਦੁਨੀਆ ਅੰਦਰ ਜਿਹੜਾ ਦੋ ਧਰੂਵੀ ਜਾਂ ਪਲੂਰਲਿਜ਼ਮ ਸੀ ਉਹ ਖਤਮ ਹੋ ਗਿਆ ਔਰ ਇੱਕ ਧਰੂਵੀ ਆਰਥਿਕਤਾ ਆ ਗਈ ਆ। ਉਹਦੇ ਨਾਲ ਜਿਹੜਾ ਦੁਨੀਆ ਦਾ ਸਾਮਰਾਜ ਸੀ ਉਹ ਦੁਬਾਰਾ ਹਿੰਕੜਵਾਜ ਮਿਲਟਰੀ ਮਾਈਜ ਹਮਲਾਵਰ ਮੰਡੀਆਂ 'ਤੇ ਕਬਜ਼ਾ ਕਰਨ ਲਈ ਅੱਗੇ ਨਾਲੋਂ ਉਹ ਸਰਵ ਸਮਰੱਥ ਹੋਇਆ। ਇਹੀ ਕਾਰਨ ਆ 91 ਦੇ ਬਾਅਦ ਦੁਨੀਆ ਅੰਦਰ ਜੰਗ ਬਹੁਤ ਭਿਅੰਕਰ ਰੂਪ ਧਾਰ ਗਏ ਆ ਔਰ ਅਮਨ ਨੂੰ ਸਭ ਤੋਂ ਵੱਧ ਖਤਰਾ ਪੈਦਾ ਹੋਇਆ। ਇੱਕ ਗੱਲ ਤਾਂ ਇਹ ਵੀ ਆ ਗਈ ਵੀ ਸਮਾਜਵਾਦ ਜੇ ਹੋਏਗਾ, ਕਮਿਊਨਿਜ਼ਮ ਹੋਏਗਾ, ਜੰਗਾਂ ਨਹੀਂ ਹੋਣਗੀਆਂ। 91 ਦੇ ਬਾਅਦ ਤੁਸੀਂ ਦੇਖਿਆ ਹੋਏਗਾ ਅਫਗਾਨਿਸਤਾਨ 'ਚ, ਇਰਾਕ 'ਚ, ਲੀਬੀਆ 'ਚ, ਮਿਸਰ ਵਿੱਚ, ਟਿਊਨੇਸ਼ੀਆ 'ਚ ਇਰਾਨ 'ਤੇ ਹਮਲੇ, ਹੁਣ ਆ ਸੀਰੀਆ 'ਤੇ ਹਮਲੇ, ਉਹਦੇ ਬਾਅਦ ਜਿਹੜਾ ਸਾਡਾ ਫਲਸਤੀਨ ਆ ਉਹਦੇ ਵਿੱਚ, ਦੁਨੀਆ ਦੇ ਹੋਰ ਬਹੁਤ ਸਾਰੇ ਦੇਸ਼ਾਂ 'ਚ ਜਿਹੜੀਆਂ ਇਹ ਗੜਬੜਾਂ ਹੁੰਦੀਆਂ ਇਹ ਪੂੰਜੀਵਾਦ ਹੀ ਕਰਦਾ। ਪਰ ਜਦੋਂ ਸਾਮਰਾਜ ਦੇ ਵਿਰੋਧ ਵਿੱਚ ਸਮਾਜਵਾਦ ਤਕੜਾ ਹੋਏਗਾ, ਕਮਿਊਨਿਜ਼ਮ ਤਕੜਾ ਹੋਏਗਾ, ਤਾਂ ਦੁਨੀਆ ਵਿੱਚ ਅਮਨ ਜਿਹੜਾ ਸਥਾਪਿਤ ਹੋਏਗਾ, ਕੋਪਰੇਸ਼ਨ ਹੋਏਗੀ, ਸਹਿਯੋਗ ਹੋਏਗਾ, ਅਤੇ ਜਿਹੜੇ ਲੋਕ ਜੰਗਾਂ 'ਚ ਜਾਂ ਜੰਗ ਦੀ ਬਰਬਾਦੀ ਨਾਲ ਜਾਂ ਹਥਿਆਰਾਂ ਨਾਲ ਲਤਾੜੇ ਜਾਂਦੇ ਆ, ਬਰਬਾਦ ਹੁੰਦੇ ਆ, ਲੋਕਾਂ ਦੀ ਬਰਬਾਦੀ ਆਰਥਿਕ ਤੌਰ 'ਤੇ ਆਉਂਦੀ, ਉਹ ਘਟੇਗੀ। ਇਸ ਵਾਸਤੇ ਜੇ ਸਮਾਜਵਾਦ ਤਕੜਾ ਹੁੰਦਾ ਅਤੇ ਪੂੰਜੀਵਾਦ ਜਿਹੜਾ ਕਮਜ਼ੋਰ ਹੋਏਗਾ, ਲੋਕਾਂ ਦੀ ਜਿਹੜੀ ਆਰਥਿਕ ਅਵਸਥਾ ਵਧੇਗੀ। ਇਸ ਵਾਸਤੇ ਸਾਨੂੰ ਸਮਾਜਵਾਦ ਦੀ ਜਿਹੜੀ ਆ ਲਿਆਉਣ ਲਈ, ਇਸ ਅਵਸਥਾ ਨੂੰ ਮਜ਼ਬੂਤ ਕਰਨ ਲਈ, ਕਿਰਤੀ ਜਿਹੜੇ ਇਹਦੇ ਇੱਕ ਪੱਟੇ ਜਿੱਦਾਂ ਮੋਟਰ ਦੇ ਹੁੰਦੇ ਆ ਕਿ ਮੋਟਰ ਦੇ ਪੱਟਿਆਂ ਤੋਂ ਤੁਸੀਂ ਮਸ਼ੀਨਾਂ, ਪੁਲੀਆਂ, ਪੱਖੇ ਸਭ ਕੁਝ ਚਲਾ ਸਕਦੇ ਆ, ਕਮਿਊਨਿਜ਼ਮ ਲਿਆਉਣ ਲਈ ਵੀ, ਸਮਾਜਵਾਦ ਲਿਆਉਣ ਲਈ ਵੀ, ਇਨਕਲਾਬ ਕਰਨ ਲਈ ਵੀ ਮਜ਼ਦੂਰ ਆ, ਕਿਸਾਨ ਆ, ਕਿਰਤੀ ਆ, ਆਮ ਹੱਥ ਦੇ ਨਾਲ ਕੰਮ ਕਰਨ ਵਾਲੇ ਛੋਟੇ ਛੋਟੇ ਦੁਕਾਨਦਾਰ, ਇਹ ਸਾਰੇ ਜਿਹੜੇ ਲੋਕ ਜਿਹੜੇ ਆਪਣੀ ਕਿਰਤ ਨੂੰ ਵੇਚ ਰਹੇ ਆ, ਜਿਹਨੂੰ ਪ੍ਰੋਲੇਟੇਰੀਏਟ ਕਹਿੰਦੇ ਜਾਂ ਵਰਕਿੰਗ ਕਲਾਸ ਕਹਿੰਦੇ ਆ, ਜੇ ਉਹ ਮਜ਼ਬੂਤ ਹੋਏਗੀ, ਤਕੜੀ ਹੋਏਗੀ,
ਤਾਂ ਫਿਰ ਜਿਹੜਾ ਸਾਮਰਾਜ ਆ ਕਮਜ਼ੋਰ ਹਾਂਜੀ ਹੋਏਗਾ। ਤੁਹਾਡੀ ਗੱਲ 'ਚੋਂ ਮੈਂ ਗੱਲ ਕਰਨੀ ਚਾਹਾਂਗਾ ਕਿ ਤੁਸੀਂ ਕਿਹਾ ਇਹ ਆਮ ਕੰਮ ਕਰਨ ਵਾਲੇ ਬੰਦਿਆਂ ਦੇ ਹੱਥ ਮਜ਼ਬੂਤ ਹੋਣ ਨਾਲ ਆਉਂਦਾ। ਅਤੇ ਜੇ ਆਪਾਂ ਪਿੱਛੇ ਝਾਤ ਮਾਰੀਏ ਸੋਵੀਅਤ ਯੂਨੀਅਨ 'ਤੇ ਜਾਂ ਆਪਾਂ ਚੀਨ ਦੀ ਦਸ਼ਾ 'ਤੇ ਜਦੋਂ ਮਾਓ ਜੇ ਡੋਂਗ ਹੋਣਿਆਂ ਨੇ ਇੱਥੇ ਇਹ ਫਲਸਫਾ ਲੈ ਕੇ ਆਉਂਦਾ, ਤਾਂ ਉਦੋਂ ਕਿਹਾ ਜਾਂਦਾ ਸੀਗਾ ਕਿ ਡਿਕਟੇਟਰਸ਼ਿਪ ਆ। ਦੇਖੋ, ਪੂੰਜੀਵਾਦ ਸਦਾ ਹੀ ਇਹ ਗੱਲ ਦੁਨੀਆ ਦੇ ਵਿੱਚ ਪ੍ਰਚਾਰੇਗਾ। ਕੌਮਨਿਜ਼ਮ ਜਿਹੜਾ ਜਾਂ ਸੋਸ਼ਲਿਜ਼ਮ ਦੇ ਵਿੱਚ ਕੌਮਨਿਸਟ ਪਾਰਟੀ ਦਾ ਰਾਜ ਹੁੰਦਾ, ਔਰ ਉਹ ਲੋਕਾਂ ਨੂੰ ਇਹ ਸਾਡੇ ਵਿਰੁੱਧ ਪ੍ਰਚਾਰ ਕਰੇਗਾ। ਪਹਿਲੀ ਤਾਂ ਕਰੇਗਾ ਵੀ ਇਹ ਨਾਸਤਿਕ ਆ, ਰੱਬ ਨੂੰ ਨਹੀਂ ਮੰਨਦੇ। ਦੂਸਰੀ ਗੱਲ ਕਰੇਗਾ ਵੀ ਇਹ ਡਿਕਟੇਟਰਸ਼ਿਪ ਆ। ਉੱਥੇ ਜਿਹੜੀ ਪੀਪਲਸ ਡੈਮੋਕ੍ਰੇਸੀ ਉਹ ਜੀਰੋ ਹੁੰਦੀ ਆ। ਇਹ ਬਿਲਕੁਲ ਪ੍ਰਚਾਰ ਆ, ਚਿੱਟੇ ਦਿਨ ਝੂਠਾ ਪ੍ਰਚਾਰ ਆ। ਪਹਿਲੀ ਤਾਂ ਗੱਲ ਆ ਵੀ ਸਾਡੇ ਉਸ ਸਿਸਟਮ ਦੇ ਵਿੱਚ ਨਿੱਜੀ ਤੁਹਾਡੇ ਧਰਮ ਦੀ ਕੋਈ ਮਨਾਹੀ ਨਹੀਂ ਹੋਏਗੀ। ਹਾਂਜੀ, ਆਪਾਂ ਕਿਸੇ ਧਰਮ ਦੇ ਉੱਪਰ ਵੀ ਆਪਾਂ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਮੈਂ ਕਾਫੀ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਪੁਰਾਣੇ ਬਜ਼ੁਰਗ ਜਿਨ੍ਹਾਂ ਨੇ ਬਚਪਨ ਤੋਂ ਜਿਨ੍ਹਾਂ ਨੇ ਕਮਿਊਨਿਜ਼ਮ ਦੇ ਵਿੱਚ ਜਨਮ ਲਿਆ ਜਾਂ ਉਹਨੇ ਜਿਹਨੂੰ ਸੋਝੀ ਆਈ, ਉਹ ਕਹਿ ਰਹੇ ਕਿ ਅਸੀਂ ਉੱਥੇ ਦੁਬਾਰਾ ਕਮਿਊਨਿਜ਼ਮ ਨਹੀਂ ਚਾਹੁੰਦੇ। ਅਤੇ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿਉਂ ਨਹੀਂ ਚਾਹੁੰਦੇ, ਉਹ ਕਹਿੰਦੇ ਆ ਕਿ ਉਸ ਟਾਈਮ ਇਹ ਸੀ ਕਿ ਚੀਜ਼ ਉੰਨੀ ਪੈਦਾ ਕਰੋ ਜਿੰਨੀ ਦੀ ਲੋੜ ਆ। ਅੱਜ ਸਾਨੂੰ ਦੁਨੀਆ ਦੇ ਵਿੱਚ ਇੱਕ ਇੱਕ ਦੀਆਂ ਹਜ਼ਾਰਾਂ ਹਜ਼ਾਰਾਂ ਵਰਾਇਟੀਜ਼ ਮਿਲ ਰਹੀਆਂ। ਜੇ ਆਪਾਂ ਗੱਲ ਕਰੀਏ ਕਿ ਮੈਂ ਕਿਸੇ ਇੱਕ ਦਿਨ ਸਟੋਰ ਗਿਆ ਅਤੇ ਮੈਂ ਉੱਥੇ ਗਿਣ ਲੱਗਾ ਕਿ ਮੋਟੇ ਮੋਟੇ ਗਿਣੇ ਮੈਨੂੰ 27 ਤਰ੍ਹਾਂ ਦੇ ਉੱਥੇ ਬ੍ਰੈਡ ਪਏ ਦਿਸੇ, ਜਿਨ੍ਹਾਂ ਦੇ ਵਿੱਚ ਗਾਰਲਿਕ ਬ੍ਰੈਡ, ਵੀਟ ਬ੍ਰੈਡ, ਸੈਮੀ ਵੀਟ ਬ੍ਰੈਡ, ਮੋਟੇ ਆਟੇ ਦਾ ਬ੍ਰੈਡ, ਮੈਦੇ ਦਾ ਬ੍ਰੈਡ, ਸੋ ਬਹੁਤ ਸਾਰੀਆਂ ਵਰਾਇਟੀਆਂ ਜਿਨ੍ਹਾਂ ਨੂੰ ਲੋਕ ਆਪਣੀ ਲੋੜ ਅਨੁਸਾਰ ਖਰੀਦ ਰਹੇ ਸੀਗੇ। ਅਤੇ ਜੇ ਕਮਿਊਨਿਜ਼ਮ ਹੁੰਦਾ ਉਹਦੇ ਵਿੱਚ ਵੀ ਇਹ ਵਰਾਇਟੀਜ਼ ਹੁੰਦੀਆਂ, ਕਿਉਂਕਿ ਉੱਥੇ ਤਾਂ ਕਿਹਾ ਜਾਂਦਾ ਹੈਗਾ ਕਿ ਚੀਜ਼ ਉੰਨੀ ਪੈਦਾ ਕਰੋ ਜਿੰਨੀ ਦੀ ਲੋੜ ਹੈਗੀ ਆ। ਸੋ ਇਸ ਪੱਖ 'ਤੇ ਆਪਾਂ ਨੂੰ ਇਹ ਨਹੀਂ ਲੱਗਦਾ ਕਿ ਉਹ ਲੋਕ ਇਸ ਟਾਈਮ ਤਾਂ ਖੁਸ਼ ਹੈਗੇ ਕਿ ਜਿਹੜੀ ਪੂੰਜੀਵਾਦ ਅਵਸਥਾ ਹੈਗੀ ਆ, ਇਹਨੇ ਆਪਾਂ ਨੂੰ ਵਰਾਇਟੀਜ਼ ਬਹੁਤ ਦਿੱਤੀਆਂ ਹੈਗੀਆਂ, ਕਿਉਂਕਿ ਇਹਨਾਂ ਦੇ ਵਿੱਚ ਮੁਕਾਬਲਾ ਹੈਗਾ, ਮੋਨੋਪਲੀ ਹੈ ਨਹੀਂ। ਸੋ ਇਹਦੇ ਕਰਕੇ ਲੋਕ ਇਸ ਗੱਲ ਵੱਲ ਆਕਰਸ਼ਿਤ ਹੋ ਰਹੇ ਆ ਕਿ ਪੂੰਜੀਵਾਦ ਜਿਹੜਾ ਕਮਿਊਨਿਜ਼ਮਵਾਦ ਸੀ ਚਾਈਨਾ ਦੇ ਵਿੱਚ ਉਹਦੇ ਨਾਲੋਂ ਵਧੀਆ। ਉੱਥੋਂ ਦੇ ਲੋਕ ਖੁਦ ਕਹਿ ਰਹੇ ਹੈਗਾ। ਸੰਘਾ ਜੀ, ਤੁਸੀਂ ਸਵਾਲ ਮੰਡੀ ਦਾ ਕੀਤਾ। ਮੰਡੀ ਦਾ ਸਵਾਲ ਬੜਾ ਇੱਕ ਅਹਿਮ ਸਵਾਲ ਆ ਦੁਨੀਆ ਦੇ ਅੰਦਰ। ਪਹਿਲੀ ਤਾਂ ਗੱਲ ਆ ਵੀ ਕੈਮਨਿਜ਼ਮ ਦੇ ਵਿੱਚ ਡੈਮੋਕ੍ਰੇਸੀ ਹੁੰਦੀ ਪੂਰੀ, ਉੱਥੇ ਤੁਸੀਂ ਔਰਗਨਾਈਜੇਸ਼ਨ ਬਣਾ ਸਕਦੇ, ਪਰ ਉੱਥੇ ਰਾਜ 99 ਲਈ ਆ, 1% ਲਈ ਨਹੀਂ। 99% ਲੋਕਾਂ ਦਾ ਬੁਨਿਆਦੀ ਜਿਹੜਾ ਹੱਕ ਆ ਉਹ ਧਰਮ ਵੀ ਕੋਈ ਦੇਖ ਲਓ, ਉਹ ਵੀ ਇਹ ਕਹਿੰਦਾ ਵੀ ਹਰ ਮਨੁੱਖ ਨੂੰ ਬਰਾਬਰਤਾ ਚਾਹੀਦੀ ਆ। ਅਸੀਂ ਵੀ ਚਾਹੁੰਦੇ ਹਾਂ, ਸਮਾਜ ਵੀ ਕਹਿੰਦਾ ਆ, ਫਿਲੋਸਫਰ ਵੀ ਕਹਿੰਦੇ, ਚਿੰਤਕ ਵੀ ਕਹਿੰਦੇ, ਅਸੀਂ ਉੱਥੇ ਹਰ ਬੰਦੇ ਨੂੰ ਪਹਿਲਾਂ ਰੋਟੀ ਕੱਪੜਾ ਮਕਾਨ ਦੇਣਾ। ਜੇ ਅਮਰੀਕਾ ਦੇ ਵਿੱਚ 40% ਲੋਕਾਂ ਨੂੰ ਇਸ ਵੇਲੇ ਉਹਨਾਂ ਦਾ ਮੈਡੀਕਲ ਕੇਅਰ ਲਈ ਉਹਨਾਂ ਦੇ ਇੰਸ਼ੋਰੈਂਸ ਨਹੀਂ ਹੁੰਦੀ, ਬੇਇਲਾਜੇ ਮਰੇ ਜਾ ਰਹੇ ਆ, ਉਹ ਬ੍ਰੈਡ ਭਾਵੇਂ 20-30 ਤਰ੍ਹਾਂ ਦੀ ਵੀ ਮਾਰਕੀਟ 'ਚ ਲਿਆ ਦਾ, ਤਾਂ ਉਸ ਬ੍ਰੈਡ ਨੂੰ ਕੀ ਕਰਾਂਗੇ ਜੇ ਉਹਨਾਂ ਲੋਕਾਂ ਨੂੰ ਮੈਡੀਕਲ ਏਡ ਹੀ ਨਹੀਂ ਮਿਲਦਾ, ਉਹਨਾਂ ਦੀ ਸੋਸ਼ਲ ਸਿਕਿਉਰਿਟੀ ਨੇ। ਔਰ ਉਹ ਲੋਕ ਜਿਹੜੇ ਆ ਅਜੇ ਤੱਕ ਵੀ ਆਪਣੇ ਮੁੱਢਲੇ ਜਿਹੜੀਆਂ ਉਹਨਾਂ ਦੀਆਂ ਲੋੜਾਂ ਉਹਨਾਂ ਲਈ ਲੜ ਰਹੇ ਆ। ਇਸ ਵਾਸਤੇ ਮੰਡੀ ਪੂੰਜੀਵਾਦ ਦੀ ਜਿਉਣ ਵਾਸਤੇ ਇੱਕ ਸਥਾਨ ਆ, ਇੱਕ ਸਤਾ ਆ, ਇੱਕ ਸਟੇਜ ਆ, ਇੱਕ ਉਹਨਾਂ ਦਾ ਇਹ ਜਗ੍ਹਾ ਆ ਜਿੱਥੇ ਮੰਡੀ ਹੋਏਗੀ, ਉਹਨਾਂ ਦੀ ਪੂੰਜੀ ਵਧੂ। ਪਰ ਜਿਹੜਾ ਸਮਾਜਵਾਦ ਆ ਉੱਥੇ ਮੰਡੀ ਨਹੀਂ ਹੁੰਦੀ, ਉੱਥੇ ਸਟੇਟ ਜਿਹੜੀ ਆ, ਜਿਹੜਾ ਸਤਾ ਆ ਉਹ ਲੋਕਾਂ ਵਾਸਤੇ ਹੋਏਗੀ। ਇੱਥੇ ਚੰਦ ਵਿਅਕਤੀਆਂ ਲਈ ਹੋਏਗੀ, ਕਾਰਗਿਲ ਲਈ ਹੋਏਗੀ, ਮਨਸੈਂਟੋ ਲਈ ਹੋਏਗੀ, ਆ ਜਿਹੜਾ ਬੈਕਡੈਵਲ ਉਹਦੇ ਲਈ ਹੋਏਗੀ, ਆ ਟਿਮ ਹੋਟਲ ਲਈ ਹੋਏਗੀ, ਹੋਰ ਜਿਹੜੇ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਮੰਡੀ ਜਿਹੜੀ ਆ ਉਹ ਲੋਕਾਂ ਵਾਸਤੇ ਹੋਣੀ। ਅਸੀਂ ਇਹ ਦੇਖਣਾ ਵੀ ਇਸ ਵੇਲੇ ਜੇ ਬਿਮਾਰੀ ਫੈਲੀ ਹੋਵੇ ਚੀਨ 'ਚ ਜਾਂ ਰੂਸ 'ਚ ਜਾਂ ਹਿੰਦੁਸਤਾਨ 'ਚ, ਉੱਥੇ ਅਸੀਂ ਉਹ ਦਵਾਈਆਂ ਪੈਦਾ ਕਰਨੀਆਂ ਜਿਹੜੀਆਂ ਉੱਥੇ ਲੋੜਾਂ ਆ। ਉਹਦੇ ਬਾਅਦ ਦੇਖਾਂਗੇ ਵੀ ਟੀ ਸ਼ਰਟ ਕਿਹੜੇ ਡਿਜ਼ਾਇਨ ਦੀ, ਜਾਂ ਜਿਹੜੀ ਨਿੱਕਰ ਸਾਡੀ ਕਿਹੜੇ ਡਿਜ਼ਾਇਨ ਦੀ, ਜਾਂ ਅਸੀਂ ਸੈਂਟ ਕਿਹੜੇ ਡਿਜ਼ਾਇਨ ਦਾ ਪੈਦਾ ਕਰਨਾ। ਇਹ ਮੰਡੀ ਦੇ ਵਿੱਚ ਖਪਤਕਾਰੀ ਲੋਕਾਂ ਨੂੰ ਅਟਰੈਕਟ ਕਰਨ ਲਈ
ਉਪਭੋਗਤਾਵਾਦ ਲਿਆਂਦਾ ਜਾ ਰਿਹਾ ਜਿਹਦੇ ਵਾਸਤੇ ਉਹ ਆਪਣੀ ਲੁੱਟ ਨੂੰ ਵਧਾ ਰਿਹਾ ਹੈ ਲੋਕਾਂ ਦੀ ਬਿਹਤਰੀ ਲਈ ਸੋਚ ਰਿਹਾ। ਹਾਂਜੀ, ਇਸ ਵਿਸ਼ੇ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਉਦੋਂ ਪਹਿਲਾਂ ਮੈਂ ਗੱਲ ਹੋਰ ਕਰਨੀ ਚਾਹੁੰਦਾ ਸੀਗਾ, ਕਿਉਂਕਿ ਆਪਾਂ ਜੇ ਇਸ ਫਲਸਫੇ ਬਾਰੇ ਗੱਲ ਕਰ ਰਹੇ ਹਾਂ ਤਾਂ ਪਹਿਲਾਂ ਇਸ ਫਲਸਫੇ ਦੀਆਂ ਕਮੀਆਂ ਬਾਰੇ ਵੀ ਨਾਲ ਨਾਲ ਗੱਲ ਕੀਤੀ ਜਾਵੇ। ਸੋ ਹੁਣ ਜਿਵੇਂ ਇੱਕ ਉਦਾਹਰਣ ਮੈਂ ਦੇਣੀ ਚਾਹਾਂਗਾ, ਕਿਹਾ ਜਾਂਦਾ ਕਿ ਜੇ ਦੋ ਹਾਕੀ ਦੀਆਂ ਟੀਮਾਂ ਆਪਸ ਵਿੱਚ ਖੇਡ ਰਹੀਆਂ, ਏ ਅਤੇ ਬੀ ਟੀਮ ਖੇਡ ਰਹੀਆਂ, ਉਹਦੇ ਵਿੱਚ ਜਿਹੜੀ ਏ ਟੀਮ ਆ ਉਹ 45 ਗੋਲ ਕਰਦੀ ਹੈਗੀ ਆ ਅਤੇ ਜਿਹੜੀ ਬੀ ਟੀਮ ਆ ਉਹ 15 ਗੋਲ ਕਰਦੀ ਹੈ। ਹੁਣ ਕਮਿਊਨਿਜ਼ਮ ਕਹਿੰਦਾ ਹੈਗਾ ਕਿ ਸਾਰੇ ਬਰਾਬਰ ਹੈ, ਸੋ ਉੱਥੇ ਜਦੋਂ ਉਹਨਾਂ ਦਾ ਮੈਚ ਖਤਮ ਹੁੰਦਾ ਦੋਹਾਂ ਨੂੰ ਬਰਾਬਰ ਕਰ ਦਿੱਤਾ ਜਾਂਦਾ, ਅਤੇ ਜਿਹੜਾ ਹੁਣ 45 ਗੋਲ ਕਰਕੇ ਜਿੱਤਿਆ ਹੈਗਾ ਉਹ ਨਿਰ ਉਤਸ਼ਾਹਿਤ ਆਪਣੇ ਆਪ ਨੂੰ ਸੋਚੇਗਾ, ਅਤੇ ਜਿਹੜਾ 15 ਗੋਲ ਦੇ ਨਾਲ ਵੀ ਉਸ 45 ਗੋਲ ਕਰਨ ਵਾਲੀ ਟੀਮ ਦੇ ਬਰਾਬਰ ਜਿਹੜੀ ਟੀਮ ਆ ਗਈ ਆ ਉਹ ਹੋਰ ਮਿਹਨਤ ਨਹੀਂ ਕਰੇਗੀ। ਸੋ ਇੱਥੇ ਆ ਕੇ ਤੁਹਾਨੂੰ ਲੱਗਦਾ ਕਿ ਜਿਹੜਾ ਕਮਿਊਨਿਜ਼ਮ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਕਮੀ ਆ, ਜਦੋਂ ਆਪਾਂ ਅਲੱਗ ਅਲੱਗ ਬੰਦਿਆਂ ਨੂੰ ਜਿਨ੍ਹਾਂ ਦੀ ਯੋਗਤਾ ਅਲੱਗ ਅਲੱਗ ਆ ਉਹਨਾਂ ਨੂੰ ਆਪਾਂ ਇੱਕੋ ਕੰਮ ਕਰਨ ਨੂੰ ਦਿੰਦੇ ਹਾਂ ਅਤੇ ਕਿ ਉਹਦੇ ਵਿੱਚ ਉਹ ਬੰਦੇ ਨਿਰ ਉਤਸ਼ਾਹਿਤ ਨਹੀਂ ਹੋਣਗੇ ਜਿਹੜੇ ਨਿੱਤ ਨਵੇਂ ਡਿਜ਼ਾਇਨ ਪੈਦਾ ਕਰ ਸਕਦੇ, ਨਵੀਂ ਵਰਾਇਟੀਜ਼ ਪੈਦਾ ਕਰ ਸਕਦੇ ਆ। ਸੋ ਇਹ ਕੁਛ ਡਰਾਬੈਕਸ ਜੀ ਨਹੀਂ ਹੈਗੀਆਂ ਕਮਿਊਨਿਜ਼ਮ ਦੀਆਂ ਜਿਹਦੇ ਕਰਕੇ ਇਹ ਪਿੱਛੇ ਰਹਿ ਗਿਆ। ਪੂੰਜੀਵਾਦ ਬੜਾ ਪੁਰਾਣਾ ਸਿਸਟਮ ਆ, ਇਹ ਅੱਜ ਤੋਂ ਕੋਈ 250 ਸਾਲ ਪਹਿਲਾਂ ਦੁਨੀਆ ਦੇ ਵਿੱਚ ਆਇਆ। ਇਸ ਸਿਸਟਮ ਨੇ ਕਾਫੀ ਕਾਢਾਂ ਕੱਢੀਆਂ, ਸਨਅਤੀ ਤੌਰ 'ਤੇ ਵੀ, ਆਰਥਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਕਲਚਰਲ ਤੌਰ 'ਤੇ ਵੀ ਕਾਫੀ ਐਡਵਾਂਸ ਗਿਆ ਔਰ ਇਹ ਸਥਾਪਿਤ ਹੋ ਚੁੱਕਿਆ ਇੱਕ ਸਿਸਟਮ ਆ ਜੀ। ਜਿਹੜਾ ਸੋਸ਼ਲਿਜ਼ਮ ਜਾਂ ਕੌਮਨਿਜ਼ਮ ਆ 1917 'ਚ ਉਹ ਦੁਨੀਆ ਵਿੱਚ ਆਇਆ। ਹੁਣ ਜਿਹੜਾ ਇੱਕ ਹੁਣੇ ਪੈਦਾ ਹੋਇਆ ਉਸ ਸਿਸਟਮ ਨੂੰ ਸਰਵਾਈਵ ਕਰਨ ਲਈ ਜਿਹੜਾ ਸਦੀਆਂ ਤੋਂ ਪਰੰਪਰਾਵਾਂ, ਧਾਰਨਾਵਾਂ, ਸਾਡੀਆਂ ਰੋਹ ਰੀਤਾਂ ਰਿਵਾਜ ਬਣੇ ਉਹਨਾਂ ਨੂੰ ਤੋੜਨਾ, ਮਨੁੱਖ ਨੂੰ ਸਮਾਜਵਾਦੀ ਬਣਾਉਣਾ ਇੱਕ ਸੌਖਾ ਨਹੀਂ। ਪਰ ਜਿੱਥੋਂ ਤੱਕ ਸਿਸਟਮ ਦੇ ਵਿੱਚ ਗੱਲ ਹੁੰਦੀ ਆ ਵੀ ਪੂੰਜੀਵਾਦ ਦੇ ਸਿਸਟਮ 'ਚ ਵਿਅਕਤੀਗਤ ਲੋੜ ਪੂਰੀ ਕਰਨ ਲਈ ਜਿਹੜਾ ਆ ਲੜਾਈ ਲੜੀ ਜਾਂਦੀ ਆ, ਸਮੁੱਚੀ ਨੇਸ਼ਨ ਲਈ ਨਹੀਂ ਕੁਛ ਕੀਤਾ ਜਾਂਦਾ। ਜਿਹੜੇ ਤੁਸੀਂ ਸਵਾਲ ਕੀਤੇ ਆ ਵੀ ਉੱਥੇ ਯੋਗਤਾ, ਸਮਾਜਵਾਦੀ ਜਿਹੜਾ ਇੱਕ ਸਿਸਟਮ ਪਹਿਲਾਂ ਆਉਣਾ ਆ, ਪਹਿਲਾ ਪੜਾਅ ਜਿਹੜਾ ਪਹਿਲਾ ਪੜਾਅ ਕੀਤੀ, ਠੀਕ, ਉਹਦੇ ਵਿੱਚ ਹਰ ਬੰਦੇ ਨੂੰ ਉਹਦੀ ਸ਼ਕਤੀ ਦੇ ਮੁਤਾਬਕ ਕੰਮ ਦਿੱਤਾ ਜਾਂਦਾ। ਜੇ ਮਾੜਾ ਬੰਦਾ ਆ ਉਹਨੂੰ ਮਾੜਾ ਭਾਵ, ਮਾੜਾ ਦਾ ਇਹ ਨਹੀਂ ਵੀ ਉਹਨੂੰ ਸਖਤ ਕੰਮ ਨਹੀਂ ਦਿੱਤਾ ਜਾਏਗਾ। ਇਹ ਤੁਸੀਂ ਗੱਲ ਕਰ ਰਹੇ ਹੋ ਕਮਿਊਨਿਜ਼ਮ ਤੋਂ ਮੁਤਾਬਕ, ਉਹਨੂੰ ਲੋੜ ਤਾਂ ਦੂਜੇ ਤਕੜੇ ਬੰਦੇ ਜਿੰਨੀ। ਹਾਂਜੀ, ਇਹ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਸੀ, ਇਹ ਗੱਲ ਤੁਸੀਂ ਕਮਿਊਨਿਜ਼ਮ ਤੋਂ ਪਹਿਲਾਂ ਜਿਹੜਾ ਸਮਾਜਵਾਦ ਉਹਨਾਂ ਉਹਦੀ ਗੱਲ ਕਰ ਰਹੇ ਹੋ, ਉਹਦੀ ਗੱਲ ਕਰ ਰਹੇ। ਜਦੋਂ ਕਮਿਊਨਿਜ਼ਮ ਆਉਣਾ, ਕਮਿਊਨਿਜ਼ਮ ਆਖਰੀ ਸਟੇਜ ਆ ਜਦੋਂ ਸਮਾਜਵਾਦ ਸਾਰੀ ਦੁਨੀਆ 'ਚ ਆ ਜਾਏਗਾ, ਹਾਂਜੀ, ਫਿਰ ਕਮਿਊਨਿਜ਼ਮ ਆਉਂਦਾ। ਕਮਿਊਨਿਜ਼ਮ ਦੇ ਵਿੱਚ ਫਿਰ ਅਕੋਰਡਿੰਗ ਟੂ ਦੀ ਨੀਡਸ, ਜੇ ਕਿਸੇ ਨੂੰ ਜਿੰਨੀ, ਜੇ ਇੱਕ ਦੇ ਇੱਕ ਬੱਚਾ ਆ ਉਹਨੂੰ ਮਕਾਨ ਕਿੰਨਾ ਚਾਹੀਦਾ, ਉਹਨੂੰ ਤਨਖਾਹ ਕਿੰਨੀ ਚਾਹੀਦੀ, ਜੇ ਇੱਕ ਦੇ 5 ਬੱਚੇ ਆ ਉਹਨੂੰ ਤਨਖਾਹ ਕਿੰਨੀ ਚਾਹੀਦੀ, ਉਹਨੂੰ ਮਕਾਨ ਕਿੰਨਾ ਚਾਹੀਦਾ, ਇਹ ਲੋੜਾਂ ਦੇ ਕੇ ਜਿਹੜਾ ਫਿਰ ਉਹਨੂੰ ਉਹਦੀ ਉਜਰਤ ਜਿਹੜੀ ਆ ਤੈਅ ਹੋਏਗੀ। ਇਹ ਕਮਿਊਨਿਜ਼ਮ 'ਚ ਇਹ ਸਿਧਾਂਤ ਆ, ਇੱਕ ਬਹੁਤ ਵਧੀਆ ਸਿਧਾਂਤ ਆ ਵੀ ਜੇ ਮੈਂ ਗਰੀਬ ਆ, ਮੇਰੀ ਜ਼ਮੀਨ ਨਹੀਂ, ਮੇਰੇ ਕੋਲ ਹੋਰ ਕੋਈ ਸਾਧਨ ਨਹੀਂ, ਮੇਰੇ 3-4 ਬੱਚੇ ਆ ਔਰ ਮੇਰੇ ਕੋਲ ਤਾਂ ਮਿਨੀਮਮ ਵੇਜ ਵੀ ਨਹੀਂ, ਔਰ ਮੈਂ ਕਿੱਦਾਂ ਰਹਾਂਗਾ ਜੇ ਮੈਂ ਇਨਸਾਨ ਹਾਂ ਦੁਨੀਆ ਉੱਤੇ, ਇਨਸਾਨੀਅਤ ਤੌਰ 'ਤੇ ਮੈਨੂੰ ਇਨਸਾਨ ਸਿਟੀਜ਼ਨ ਮੰਨਿਆ ਜਾਂਦਾ, ਤਾਂ ਫਿਰ ਪੂੰਜੀਵਾਦ ਉਹਦੀ ਕੋਈ ਵੀ ਜਿਹੜਾ ਰੱਖਿਆ ਨਹੀਂ ਕਰੇਗਾ। ਲੇਕਿਨ ਸਮਾਜਵਾਦ ਤੋਂ ਗਾਂਹ ਜਿਹੜੀ ਅਗਲੀ ਸਟੇਜ ਆ ਉਹਦੀ ਪੂਰੀ ਰੱਖਿਆ ਕਰੇਗੀ ਔਰ ਉਹਦੀ ਗੁਣਵੰਤਾ ਅਨੁਸਾਰ, ਉਹਦੇ ਗੁਣਾਂ ਅਨੁਸਾਰ ਉਹਨੂੰ ਵੇਜ ਵੀ ਦਿੱਤੀ ਜਾਏਗੀ। ਹੁਣ ਜੇ ਆਪਾਂ ਗੱਲਾਂ ਤਾਂ ਕਹਿ ਰਹੇ ਹਾਂ, ਜਿਹੜਾ ਮੀਡੀਆ ਨੇ ਜਾਂ ਸਾਮਰਾਜ ਨੇ ਗੱਲਾਂ ਕੀਤੀਆਂ, ਕੀ ਦੇਖ ਸਕਦੇ ਵੀ ਰਸ਼ੀਆ ਨੇ ਘੱਟ ਤਰੱਕੀ ਕੀਤੀ ਹੈ? ਕੀ ਉੱਥੇ ਸਾਇੰਟਿਸਟ ਨਹੀਂ ਵੀ ਪੈਦਾ ਹੋਏ? ਰਸ਼ੀਆ ਸਭ ਤੋਂ ਵੱਧ ਦੁਨੀਆ ਦੇ ਵਿੱਚ ਓਲੰਪਿਕ ਦੇ ਵਿੱਚ, ਟੈਕਨੋਲੋਜੀ ਦੇ ਵਿੱਚ, ਸਾਇੰਸ 'ਚ, ਐਗਰੀਕਲਚਰ,
ਹੁਣ ਚਾਈਨਾ ਦੇ ਸਕਦੇ ਜਿਹੜਾ ਇੱਕ ਡਿਵੈਲਪਿੰਗ ਕੰਟਰੀ 1948 'ਚ ਆਜ਼ਾਦ ਹੋਇਆ ਤੇ ਹੁਣ ਆਪਾਂ ਚੋਕਾ ਸਾਹਿਬ ਗੱਲ ਕਰਦੇ ਹਾਂ ਅਮਰੀਕਾ ਨਾਲੋਂ ਘੱਟ ਨਹੀਂ ਉਹ ਵੀ ਅਮਰੀਕਾ ਦੇ ਮੁਕਾਬਲੇ ਤੇ ਜਾ ਰਿਹਾ ਆਪਣੀ ਗੱਲਬਾਤ ਦਾ ਸਵਾਲ ਅਗਲਾ ਇਹ ਹੈ ਕਿ ਇਹਦਾ ਜਿਹੜਾ ਢਾਂਚਾ ਉਹ ਕੀ ਆ ਜਿਵੇਂ ਸਪੋਜ ਕਰ ਲਓ ਕਿ ਕਿਸੇ ਦੇਸ਼ ਦੇ ਵਿੱਚ ਕਮਿਊਨਿਜ਼ਮ ਆ ਗਿਆ ਸੋ ਜਿਹੜਾ ਉਹਦਾ ਸਰਕਾਰੀ ਢਾਂਚਾ ਹੋਊਗਾ ਸਰਕਾਰੀ ਤੰਤਰ ਹੋਊਗਾ ਉਹ ਕੀ ਹੋਊਗਾ ਉਹਦੇ ਵਿੱਚ ਜਿਹੜੇ ਮੇਨ ਬੰਦੇ ਉਹ ਕਿਵੇਂ ਚੁਣੇ ਜਾਣਗੇ ਕੀ ਉਹ ਸੇਮ ਡੈਮੋਕ੍ਰੈਟਿਕ ਢੰਗ ਦੇ ਨਾਲ ਚੁਣੇ ਜਾਣਗੇ ਇਲੈਕਸ਼ਨ ਦੁਆਰਾ ਜਾਂ ਕੀ ਇਹਦਾ ਢਾਂਚਾ ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੀ ਜਿਹੜੀ ਸਟੇਟ ਜਾਂ ਇੱਕ ਅਸੀਂ ਰਾਜ ਸਤਾ ਲਿਆਉਣੀ ਆ ਹਾਂਜੀ ਇਸ ਰਾਜ ਸਤਾ ਦੇ ਵਿੱਚ ਪਹਿਲੀ ਗੱਲ ਆ ਵੀ ਜਿਹੜੀ ਇੱਕ ਲੁੱਟ ਹੁੰਦੀ ਆ ਇੱਕ ਮਨੁੱਖ ਦੂਜੇ ਮਨੁੱਖ ਨੂੰ ਗੁਲਾਮ ਨਹੀਂ ਬਣਾਏਗਾ ਬਿਲਕੁਲ ਜਦੋਂ ਇੱਕ ਮਨੁੱਖ ਦੂਜੇ ਮਨੁੱਖ ਨੂੰ ਗੁਲਾਮ ਹੀ ਨਹੀਂ ਬਣਾ ਸਕਦਾ ਕੋਈ ਕਿੱਲਿਆਂ ਦਾ ਮਾਲਕ ਨਹੀਂ ਹੋ ਸਕਦਾ ਕੋਈ ਕਾਰਖਾਨੇ ਦਾ ਮਾਲਕ ਨਹੀਂ ਹੋ ਸਕਦਾ ਬਾਕੀ ਰਹਿ ਗਿਆ ਉਹਦਾ ਪ੍ਰਸ਼ਾਸਨ ਚਲਾਉਣਾ ਐਡਮਿਨਿਸਟ੍ਰੇਸ਼ਨ ਚਲਾਉਣਾ ਉਸ ਐਡਮਿਨਿਸਟ੍ਰੇਸ਼ਨ ਚਲਾਉਣ ਲਈ ਫਿਰ ਜਿਹੜੀ ਯੋਗਤਾ ਜਿੱਦਾਂ ਜਿੱਦਾਂ ਦੀ ਯੋਗਤਾ ਹੋਏਗੀ ਇੱਕ ਬੰਦਾ ਮਕੈਨਿਕ ਆ ਉਹਨੂੰ ਮਕੈਨਿਕ ਦਾ ਕੰਮ ਦਿੱਤਾ ਜਾਏਗਾ ਬਾਕੀ ਉੱਥੇ ਚੋਣਾਂ ਜਿਹੜੀਆਂ ਆ ਸਭ ਤੋਂ ਵਧੀਆ ਜੇ ਜਮਹੂਰੀ ਗਰਾਸ ਰੂਟ ਤੱਕ ਡੈਮੋਕ੍ਰੇਸੀ ਹੈਗੀ ਆ ਤਾਂ ਉਹ ਸੋਸ਼ਲਿਜ਼ਮ ਅਤੇ ਕਮਿਊਨਿਜ਼ਮ 'ਚ ਆਉਂਦੀ ਆ ਉੱਥੇ ਪੰਚਾਇਤਾਂ ਆ ਉੱਥੇ ਕਮਿਊਨ ਸਿਸਟਮ ਆ ਉੱਥੇ ਸਿਟੀਜ਼ ਜਿਹੜੀਆਂ ਉਹਦੀਆਂ ਚੋਣਾਂ ਹੁੰਦੀਆਂ ਅਸੈਂਬਲੀਆਂ ਦੀਆਂ ਹੁੰਦੀਆਂ ਔਰ ਜਿਹੜੀ ਇੱਕ ਸਟੇਟ ਜਿਹਨੂੰ ਫੈਡਰਲ ਗੌਰਮੈਂਟ ਕਹਿੰਦੇ ਉੱਥੇ ਤੱਕ ਹੁੰਦੀ ਆ ਹਰ ਬੰਦੇ ਨੂੰ ਵੋਟ ਦਾ ਅਧਿਕਾਰ ਆ ਔਰ ਹਰ ਬੰਦੇ ਨੂੰ ਉੱਥੇ ਲਾਜ਼ਮੀ ਵੋਟ ਪਾਉਣੀ ਪੈਂਦੀ ਤਾਂ ਜੋ ਉਹ ਸੋ ਇਹਦਾ ਮਤਲਬ ਆ ਇਹਦਾ ਜਿੱਦਾਂ ਦਾ ਮਰਜ਼ੀ ਪੂਰਾ ਸਰਕਾਰੀ ਢਾਂਚਾ ਹੈਗਾ ਕਿਉਂਕਿ ਇਹਦੇ ਬਾਰੇ ਵੀ ਕਾਫੀ ਕਨਫਿਊਜ਼ਨ ਪਾਈ ਜਾਂਦੀ ਹੈ ਦੂਸਰੀ ਇੱਕ ਵੱਡੀ ਕਨਫਿਊਜ਼ਨ ਪਾਈ ਜਾਂਦੀ ਆ ਧਰਮ ਦੀ ਅਤੇ ਕਮਿਊਨਿਜ਼ਮ ਦੀ ਇਹਨਾਂ ਨੂੰ ਇੱਕ ਦੂਜੇ ਦੇ ਵਿਰੁੱਧ ਖੜਾ ਕੀਤਾ ਜਾਂਦਾ ਸੋ ਇੱਥੇ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਕੀ ਇੱਕ ਪੂਰਾ ਧਾਰਮਿਕ ਬੰਦਾ ਜਿਹੜਾ ਆਪਣੇ ਧਰਮ ਨੂੰ ਮੰਨਦਾ ਆਪਣੇ ਧਾਰਮ ਖਿਆਲਾਂ ਜੁੜਿਆ ਹੋਇਆ ਉਹ ਕਮਿਊਨਿਜ਼ਮ ਦੀ ਮੈਂਬਰਸ਼ਿਪ ਲੈ ਸਕਦਾ ਉਹਦੇ ਵਿੱਚ ਸਹਾਈ ਹੋ ਸਕਦਾ ਰੂਸ ਦੇ ਵਿੱਚ ਚਰਚ ਵੀ ਆ ਠੀਕ ਹੈ ਰੂਸ ਦੇ ਵਿੱਚ ਜਿਹੜਾ ਉੱਥੇ 1991 ਤੋਂ ਪਹਿਲਾਂ ਵੀ ਉੱਥੇ ਮਸੀਤਾਂ ਵੀ ਆ ਚੀਨ ਦੇ ਵਿੱਚ ਬੋਧੀਆਂ ਦੇ ਮੱਠ ਵੀ ਆ ਚਰਚ ਵੀ ਆ ਮੁਸਲਮਾਨਾਂ ਦੀਆਂ ਮਸੀਤਾਂ ਵੀ ਆ ਜੇ ਕੋਈ ਕਨਫਿਊਜ਼ਿਜ਼ਮ ਨੂੰ ਮੰਨਦਾ ਉਹਦੇ ਵੀ ਉੱਥੇ ਅਦਾਰੇ ਆ ਅਸੀਂ ਕਿਸੇ ਨੂੰ ਧਾਰਮਿਕ ਤੌਰ 'ਤੇ ਜਾਂ ਧਰਮ ਮੰਨਣ ਤੋਂ ਰੋਕਦੇ ਨਹੀਂ ਬਿਲਕੁਲ ਉਹ ਤਾਂ ਗੱਲ ਠੀਕ ਹੈ ਤੁਸੀਂ ਰੋਕਦੇ ਨਹੀਂ ਉਹ ਤਾਂ ਠੀਕ ਆ ਤੁਸੀਂ ਉਹਨਾਂ ਦੇ ਧਾਰਮਿਕ ਅਦਾਰੇ ਢਾਉਂਦੇ ਨਹੀਂ ਉਹ ਗੱਲ ਵੱਖਰੀ ਆ ਕੀ ਉਹ ਮੈਂਬਰਸ਼ਿਪ ਲੈ ਕੇ ਇਹਦੇ ਵਿੱਚ ਭਾਗੀਦਾਰ ਵੀ ਬਣ ਸਕਦੇ ਕਾਂਗਰਸ ਪਾਰਟੀ ਦਾ ਤੁਹਾਨੂੰ ਉਦਾਹਰਨ ਦੱਸਾਂ ਵੀ ਸਾਡੇ ਪੰਜਾਬ 'ਚ ਜਥੇਦਾਰ ਹਰਦੇਵ ਸਿੰਘ ਧਨੌਲਾ ਪ੍ਰਤਾਪ ਸਿੰਘ ਧਨੌਲਾ ਚਮਕ ਜੀ ਹਰਨਾਮ ਸਿੰਘ ਚਮਕ ਜੀ ਹਾਂਜੀ ਇਹ ਸਾਰੇ ਅੰਮ੍ਰਿਤਧਾਰੀ ਸਿੱਖ ਹੁੰਦੇ ਸੀ ਜਦੋਂ ਇਹ ਸਾਡੇ ਦੋ ਦੋ ਤਿੰਨ ਤਿੰਨ ਵਾਰ ਕਮਿਊਨਿਸਟਾਂ ਦੇ MLA ਰਹੇ ਆ ਠੀਕ ਹੈ ਔਰ ਇਹ ਨੀਲੀਆਂ ਜਾਂ ਕਾਲੀਆਂ ਪੱਗਾਂ ਬੰਨ੍ਹ ਕੇ ਕਿਰਪਾਨ ਪਾ ਕੇ ਇਹ ਅਸੈਂਬਲੀਆਂ 'ਚ ਸਾਡੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਮੈਂਬਰ ਰਹਿੰਦੇ ਹੋਏ ਇਹ ਜਾਂਦੇ ਸੀ ਇਹਨਾਂ ਦਾ ਤਾਂ ਕੋਈ ਕਿਉਂਕਿ ਉਹਨਾਂ ਦਾ ਧਰਮ ਸਾਡੇ ਜਿਹੜਾ ਆਰਥਿਕਤਾ ਸੀ ਸਾਡੀ ਸਿਆਸਤ ਸੀ ਉਹਦੇ ਵਿੱਚ ਕੋਈ ਰੋਕ ਹੀ ਨਹੀਂ ਪਾਉਂਦਾ ਸੀ ਉਹਨਾਂ ਦਾ ਨਿੱਜੀ ਮਾਮਲਾ ਸੀ ਸਾਡੇ ਵਿੱਚ ਮੁਸਲਮਾਨ ਵੀ ਆ ਸਾਡੇ ਮੁਸਲਮਾਨ MP ਵੀ ਆ ਸਾਡੇ ਮੁਸਲਮਾਨ ਇਸ ਵੇਲੇ ਤ੍ਰਿਪੁਰਾ ਦੇ ਵਿੱਚ ਜਿਹੜੇ ਸਾਡੇ ਆਪਣੇ ਵਜ਼ੀਰ ਵੀ ਹੈਗੇ ਆ ਸਾਨੂੰ ਇਹ ਕੋਈ ਰੋਕ ਨਹੀਂ ਨਾ ਅਸੀਂ ਰੋਕਦੇ ਲੇਕਿਨ ਧਰਮ ਜਿਹੜਾ ਆ ਅਤੇ ਸਿਆਸਤ ਜਿਹੜੀ ਆ ਇਹ ਰਲਗੱਡ ਨਹੀਂ ਹੋਣੀ ਰਲਗੱਡ ਨਹੀਂ ਹੋਣੀ ਚਾਹੀਦੀ ਜਦੋਂ ਰਲਗੱਡ ਹੋਏਗੀ ਉੱਥੇ ਅਸੀਂ ਉਹਦੀ ਸੋ ਬਹੁਤ ਵਧੀਆ ਜੀ ਕਿਉਂਕਿ ਕਾਫੀ ਕਨਫਿਊਜ਼ਨ ਲੋਕਾਂ ਦੇ ਵਿੱਚ ਪਾਈ ਜਾਂਦੀ ਹੈਗੀ ਆ ਕਿ ਜਿਹੜੇ ਧਾਰਮਿਕ ਲੋਕ ਆ ਉਹ ਕਮਿਊਨਿਜ਼ਮ ਦੇ ਟੋਟਲੀ ਉਲਟਾ ਜਾਂ ਜਿਹੜਾ ਕਮਿਊਨਿਜ਼ਮ ਆ ਉਹ ਧਰਮ ਦੇ ਟੋਟਲੀ ਉਲਟਾ ਸੋ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੋਈ ਠੀਕ ਹੈ ਕੋਈ ਵੀ ਮਨੁੱਖ ਇਸ ਦੇ ਵਿੱਚ ਰਹਿ ਕੇ ਆਪਾਂ ਆਪਣੇ ਧਰਮ ਨੂੰ ਮੰਨ ਸਕਦਾ ਵਿਚਾਰ ਪੇਸ਼ ਕਰ ਸਕਦਾ ਮੈਂਬਰ ਬਣ ਸਕਦਾ ਜਿਹੜੀਆਂ ਸਾਡੀਆਂ ਜਨਤਕ ਜਥੇਬੰਦੀਆਂ ਉਹਦੇ ਅਹੁਦੇ ਪ੍ਰਾਪਤ ਕਰ ਸਕਦਾ ਪਾਰਟੀ ਉਹਨੂੰ MP ਵੀ ਖੜਾ ਕਰ ਸਕਦੀ ਮਿਨਿਸਟਰ ਬਣਾ ਸਕਦੀ ਹੈ ਚਾਹੇ ਉਹ ਜੇ ਹਿੰਦੁਸਤਾਨ 'ਚ ਤਾਂ ਕਿਸੇ ਵੀ ਧਰਮ ਨਾ ਹੋਵੇ ਜੇ ਕਿਸੇ ਹੋਰ ਦੇਸ਼ ਵਿੱਚ ਚੀਨ 'ਚ ਹੈਗਾ ਤਾਂ ਚੀਨ ਦੇ ਵਿੱਚ ਵੀ ਕਿਸੇ ਧਰਮ ਨਾ ਹੋਵੇ ਉਹਨੂੰ ਕੋਈ ਇਹੋ ਜਿਹੀ ਰੋਕ ਨਹੀਂ ਇਹ ਸਿਰਫ ਪ੍ਰਚਾਰ ਆ ਵੀ ਇਹ ਨਾਸਤਕ ਆ ਧਰਮ ਦੇ ਵਿਰੁੱਧ ਆ ਉੱਥੇ ਜਮਹੂਰੀਅਤ ਨਹੀਂ ਔਰ ਸਭ ਤੋਂ ਵਧੀਆ ਜਮਹੂਰੀਅਤ ਹੈ ਸਭ ਤੋਂ ਵਧੀਆ ਜੇ ਮਨੁੱਖਤਾ ਲਈ
ਜੇ ਕੋਈ ਸਟੇਟ ਰਾਜ ਸਤਾ ਕੰਮ ਕਰ ਸਕਦੀ ਆ, ਮਨੁੱਖ ਨੂੰ ਬੁਨਿਆਦੀ ਲੋੜਾਂ ਜਿਹੜੀਆਂ ਪੂਰੀਆਂ ਕਰ ਸਕਦੀ। ਅਸੀਂ 99 ਲਈ ਮੈਨੂੰ ਇੱਥੇ ਯਾਦ ਆ ਵੀ ਹਨੋਈ ਦੇ ਵਿੱਚ ਕਾਮਰੇਡ ਫੀਦਰੋ ਕਾਸਟ ਨੇ ਬਿਆਨ ਦਿੱਤਾ ਸੀ ਸਟੂਡੈਂਟ ਦੇ ਮੂਹਰੇ, ਮੈਂ 2 ਕਰੋੜ ਲੋਕਾਂ ਲਈ ਲੜ ਰਿਹਾ, ਮੈਂ 1% ਪੂੰਜੀਪਤੀਆਂ ਲਈ ਨਹੀਂ ਲੜ ਰਿਹਾ, ਮੇਰਾ ਕਿਊਬਾ ਦਾ ਜਿਹੜਾ ਕੌਮਨਿਜ਼ਮ ਆ ਜਾਂ ਇੱਥੇ ਦਾ ਰਾਜ ਜਿਹੜਾ ਆ ਉਹ 99% ਲੋਕਾਂ ਲਈ ਆ, 1% ਲੋਕਾਂ ਲਈ ਨਹੀਂ। ਇਸ ਵਾਸਤੇ 1% ਲੋਕ ਮੈਨੂੰ ਕਹਿਣਗੇ ਇੱਥੇ ਜਮਹੂਰੀਅਤ ਨਹੀਂ, ਇੱਥੇ ਤਾਨਾਸ਼ਾਹੀ ਆ, ਇੱਥੇ ਨਾਸਤਿਕ ਆ, ਇੱਥੇ ਧਰਮ ਦੀ ਆਜ਼ਾਦੀ ਨਹੀਂ, ਇੱਥੇ ਬਿਲਕੁਲ ਹੀ ਜਿਹੜੇ ਕੌਮਨਿਸਟ ਆ ਉਹ ਦੂਜਿਆਂ ਨੂੰ ਜਿਉਣ ਨਹੀਂ ਦਿੰਦੇ। ਇਹ ਉਹ ਕਹਿਣਗੇ, ਕਿਹੜੇ ਕਹਿਣਗੇ, 1% ਜਿਹੜੇ ਮਨੁੱਖ ਨੂੰ ਲੁੱਟਦੇ ਸੀ, ਜਿਨ੍ਹਾਂ ਦੀ ਲੁੱਟ ਸੁੱਟ ਵਾਲਾ ਸਿਸਟਮ ਰਾਜ ਦਾ ਖਤਮ ਹੋ ਗਿਆ। ਇਹ ਸਾਡਾ ਸਿਸਟਮ ਆ, ਅਸੀਂ ਜਿੱਥੇ ਲੁੱਟ ਸੁੱਟ ਹੁੰਦੀ ਹੈ ਉਹਨੂੰ ਖਤਮ ਕਰਨ ਲਈ ਲੜਦੇ ਹਾਂ। ਠੀਕ ਹੈ ਜੀ, ਸੋ ਆਪਣੀ ਗੱਲਬਾਤ ਹੋ ਰਹੀ ਸੀਗੀ ਕਮਿਊਨਿਜ਼ਮ ਦੇ ਇੰਟਰਨੈਸ਼ਨਲ ਲੈਵਲ 'ਤੇ, ਦੁਨੀਆ ਦੇ ਲੈਵਲ 'ਤੇ ਹੋ ਰਹੀ ਸੀ, ਜਿਹਦੇ ਵਿੱਚ ਪੂੰਜੀਵਾਦ ਆ, ਕਮਿਊਨਿਜ਼ਮਵਾਦ ਆ, ਅਤੇ ਇੱਕ ਫਾਂਸੀਵਾਦ ਦਾ ਫਲਸਫਾ ਵੀ ਆਉਂਦਾ ਜਿਹੜਾ ਕਿ ਇਸ ਟਾਈਮ ਮੈਨੂੰ ਲੱਗਦਾ ਫੇਲ ਆ, ਤੁਹਾਡੇ ਹਿਸਾਬ ਨਾਲ ਕਿਵੇਂ ਹੈ? ਦੇਖੋ, ਦੁਨੀਆ ਦੇ ਉੱਤੇ ਜਦੋਂ ਮਨੁੱਖ ਪੈਦਾ ਹੋਇਆ, ਹਾਂਜੀ, ਤਾਂ ਸਭ ਤੋਂ ਪਹਿਲਾਂ ਪ੍ਰੀ ਕਮਿਊਨ ਸੀ, ਜਿਹਨੂੰ ਕਮਿਊਨਿਜ਼ਮ ਜਾਂ ਕਮਿਊਨ ਕਿਹਾ ਜਾਂਦਾ, ਜਿਸ ਤੋਂ ਹੀ ਸੋਸ਼ਲਿਜ਼ਮ ਕਮਿਊਨਿਜ਼ਮ ਦੀ ਥਿਊਰੀ ਆਈ ਆ, ਥਿਊਰੀ ਆਈ ਆ, ਜਿਹਦੇ ਵਿੱਚ ਬਰਾਬਰਤਾ ਲਿਆਉਣ ਲਈ, ਉਪਰਾਲੇ ਕਰਨ ਲਈ, ਇਹੋ ਜਿਹਾ ਸਮਾਜ ਸਿਰਜਣ ਲਈ ਲੜਾਈ ਜਾਰੀ ਆ। ਠੀਕ ਹੈ, ਅਤੇ ਫਾਸ਼ੀਵਾਦ, ਇਹਦੇ ਬਾਅਦ ਦੁਨੀਆ ਅੰਦਰ ਜਿਉਂ ਜਿਉਂ ਵਿਕਾਸ, ਸੋਸਾਇਟੀ ਇੱਕ ਥਾਂ ਖੜੀ ਨਹੀਂ, ਹਾਂਜੀ, ਇਹ ਗਤੀ 'ਚ ਵੀ ਆ, ਤਬਦੀਲੀ 'ਚ ਵੀ ਆ। ਇਹ ਹੀ ਮਾਰਕਸਵਾਦ ਆ ਵੀ ਸੋਸਾਇਟੀ ਗਤੀ ਅਤੇ ਤਬਦੀਲੀ 'ਚ ਹੋਣ ਕਰਕੇ ਜਿਹੜੇ ਰਿਲੇਸ਼ਨ ਆ ਨਾ, ਕਿਤੇ ਕੋਈ ਜਗੀਰਦਾਰ ਮਾਲਕ ਹੁੰਦਾ ਤਾਂ ਉਹਦਾ ਮਜ਼ਾਰਾ ਹੁੰਦਾ, ਮਜ਼ਾਰੇ ਅਤੇ ਮਾਲਕ ਦੀ ਲੜਾਈ ਜਾਰੀ ਰਹਿਣੀ ਆ, ਜੇ ਕੋਈ ਮਾਲਕ ਕਾਰਖਾਨੇ ਵਾਲਾ ਉਹਦੇ ਮਜ਼ਦੂਰ ਦੀ ਰਹਿਣੀ ਆ, ਇਹ ਲੜਾਈਆਂ ਲਗਾਤਾਰ ਜਾਰੀ ਰਹਿਣੀਆਂ ਆ। ਪਰ ਕੁਛ ਅਵਸਥਾਵਾਂ ਐਸੀਆਂ ਆ ਜਾਣੀਆਂ ਜਿਹਦੇ ਵਿੱਚ ਪੂੰਜੀਵਾਦ ਜਿਹੜਾ ਆ, ਜਦੋਂ ਆਪਣਾ ਉਹ ਰਾਜ ਸਥਾਪਿਤ ਕਰਨਾ ਚਾਹੁੰਦਾ, ਲੋਕਾਂ 'ਤੇ ਰਾਜ ਕਾਇਮ ਕਰਨਾ ਚਾਹੁੰਦਾ, ਹਿੰਦੁਸਤਾਨ 'ਚ ਐਮਰਜੈਂਸੀ ਲੱਗੀ, ਹਿਟਲਰ ਆਇਆ, ਮੁਸਲੋਨੀ ਆਇਆ, ਟੋਜੋ ਆਇਆ, ਉਹਨਾਂ ਨੇ ਆਪਣੇ ਦੁਨੀਆ ਉੱਤੇ ਜਾਂ ਦੇਸ਼ ਉੱਤੇ ਆਪਣਾ ਰਾਜ ਕਾਇਮ ਕਰਨ ਲਈ ਇਹੋ ਜਿਹਾ ਪ੍ਰਬੰਧ ਲਿਆਉਣਾ ਚਾਹਿਆ ਵੀ ਜਿਹੜਾ ਇੱਕ ਤਰਫਾ ਇੱਕ ਬੰਦੇ ਦੀ ਬਿਲਕੁਲ ਫਾਸ਼ੀਵਾਦੀ ਸੀ, ਕੋਈ ਉੱਥੇ ਜਮਹੂਰੀਅਤ ਨਹੀਂ ਸੀ, ਕੋਈ ਉੱਥੇ ਲੋਕਾਂ ਨੂੰ ਆਵਾਜ਼ ਉਠਾਉਣ ਦਾ ਹੱਕ ਨਹੀਂ ਸੀ, ਕੋਈ ਜਥੇਬੰਦੀ ਬਣਾਉਣ ਦਾ ਹੱਕ ਨਹੀਂ ਸੀ, ਔਰ ਉਹਦੇ ਵਿਰੋਧ ਵਿੱਚ ਜੇ ਲੜਿਆ ਤਾਂ ਦੁਨੀਆ ਦੀ ਰੈੱਡ ਆਰਮੀ ਲੜੀ ਆ, ਸਟਾਲਿਨ ਦੀ ਅਗਵਾਈ ਦੇ ਵਿੱਚ ਉਹ ਫਾਸ਼ਿਜ਼ਮ ਨੂੰ ਵੀ ਖਤਮ ਕੀਤਾ, ਔਰ ਉੱਥੇ ਉਹਨਾਂ ਨੇ ਸਮਾਜਵਾਦ ਵੀ ਲਿਆਂਦਾ, ਸਮਾਜ। ਹਾਂਜੀ, ਇੱਥੇ ਗੱਲ ਹੋ ਰਹੀ ਜਾਂਦੀ ਹੈ ਜਿੱਦਾਂ ਕਿ ਫਾਸ਼ਿਜ਼ਵਾਦ ਦਾ ਜਿਹੜਾ ਮੁੱਖ ਏਜੰਡਾ ਸੀਗਾ ਕਿ ਅਮੀਰ ਗਰੀਬ 'ਤੇ ਰਾਜ ਕਰ ਸਕਦਾ, ਜਾਂ ਕਹਿ ਲਓ ਕਿ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਨਹੀਂ ਹੈ, ਖਾ ਕੇ ਬਾਕੀ ਨੂੰ ਮਾਰਦੀ ਵੀ ਹੈ, ਸੋ ਉਹਨਾਂ ਦਾ ਕੁਝ ਇੱਦਾਂ ਦਾ ਫਲਸਫਾ ਸੀਗਾ। ਕੀ ਤੁਹਾਨੂੰ ਲੱਗਦਾ ਕਿ ਉਸ ਫਲਸਫੇ ਨੂੰ ਖਤਮ ਕੀਤਾ ਤਾਂ ਸਰ ਕਮਿਊਨਿਜ਼ਮ ਕਿੰਨੇ ਕੀਤਾ, ਜਾਂ ਪੂੰਜੀਵਾਦ ਦੇ ਫਲਾਅ ਦੇ ਨਾਲ ਉਹ ਫਲਸਫਾ ਖਤਮ ਹੋਇਆ? ਪੂੰਜੀਵਾਦ ਦੇ ਵਿੱਚੋਂ ਹੀ ਜਿਹੜਾ ਆ ਟੋਟਲਾਟਾਈਜ਼ਮ ਵੀ, ਹਾਂਜੀ, ਇੱਕ ਪੁਰਖਾ ਰਾਜ ਵੀ, ਫਾਸ਼ੀਵਾਦ ਵੀ, ਫੌਜੀ ਰਾਜ ਵੀ, ਇਹ ਪੂੰਜੀਵਾਦ 'ਚੋਂ ਪੈਦਾ ਹੁੰਦੇ ਆ ਅਤੇ ਪੂੰਜੀਵਾਦ ਖਤਮ ਨਹੀਂ ਕਰਦਾ, ਪੂੰਜੀਵਾਦ ਡਿਵੈਲਪ ਕਰਦਾ। ਪੂੰਜੀਵਾਦ ਦੇਖ ਲਓ ਅਮਰੀਕਾ ਦਾ, ਜਿੱਥੇ ਵੀ ਬਗਾਵਤਾਂ ਹੋਈਆਂ, ਚੁਣੀਆਂ ਜਿਹੜੀਆਂ ਸਰਕਾਰਾਂ ਨੂੰ ਅਲੱਦਿਆ, ਉੱਥੇ ਡੰਮੀ ਸਰਕਾਰਾਂ ਖੜੀਆਂ ਕੀਤੀਆਂ, ਫੌਜੀ ਜੁੰਡੀਆਂ ਲਿਆਂਦੀਆਂ, ਉਹ ਪੂੰਜੀਵਾਦ ਹੀ ਕਰਦਾ। ਇਸ ਵਾਸਤੇ ਪੂੰਜੀਵਾਦ ਸਦਾ ਹੀ ਇਹੋ ਜਿਹੇ ਉਪਰਾਲੇ ਕਰਦਾ ਰਹਿੰਦਾ ਕਿ ਉਹਦੀ ਉਮਰ ਵਧੇ, ਪਰ ਉਹ ਆਪਣੀ ਮੌਤੇ ਆਪ ਮਰੇਗਾ। ਦੁਨੀਆ ਅੰਦਰ ਜੇ ਫਾਸ਼ੀਵਾਦ ਨੂੰ ਖਤਮ ਕੀਤਾ ਤਾਂ ਕੌਮਨਿਸਟਾਂ ਨੇ ਕੀਤਾ। ਕੌਮਨਿਸਟ ਸਦਾ ਜਿਹੜਾ ਜਨਤੰਤਰਿਕ ਆ, ਜਿਹਨੂੰ ਅਸੀਂ ਪੀਪਲ ਡੈਮੋਕ੍ਰੇਸੀ ਕਹਿੰਦੇ ਹਾਂ, ਉਹਦੇ ਲਈ ਲੜਦੇ ਆ। ਦੁਨੀਆ ਵਿੱਚ ਪੂੰਜੀਵਾਦ ਕਦੀ ਨਹੀਂ ਲੜ ਸਕਦਾ। ਇਸ ਵਾਸਤੇ ਜੇ ਪੂੰਜੀਵਾਦ ਨੂੰ ਖਤਰਾ ਆ,
ਜੇ ਫਾਸ਼ੀਵਾਦ ਨੂੰ ਖਤਰਾ ਤਾਂ ਉਹ ਕੌਮਨਿਜ਼ਮ ਤੋਂ ਆ, ਸੋਸ਼ਲਿਜ਼ਮ ਤੋਂ ਆ, ਕੌਮਨਿਸਟਾਂ ਤੋਂ ਖਤਰਾ। ਠੀਕ ਆ ਹਾਂਜੀ, ਇਹ ਤਾਂ ਸੀਗੀ ਗੱਲ ਆਪਣੀ ਦੁਨੀਆ ਦੇ ਲੈਵਲ ਦੇ ਉੱਪਰ ਕਿ ਕਮਿਊਨਿਜ਼ਮ ਕੀ ਆ, ਉਸਦਾ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਪ੍ਰਭਾਵ ਆ, ਜਾਂ ਉਹਦੇ ਸਿਧਾਂਤ ਕੀ ਆ, ਏਜੰਡੇ ਕੀ ਆ, ਧਰਮ ਦੇ ਨਾਲ ਉਹਦਾ ਕੀ ਸੰਬੰਧ ਆ। ਹੁਣ ਆਪਾਂ ਆਉਂਦੇ ਹਾਂ ਭਾਰਤ ਦੀ ਰਾਜਨੀਤੀ ਦੇ ਵਿੱਚ, ਭਾਰਤ ਦੀ ਸੱਤਾ ਦੇ ਵਿੱਚ। ਸੋ ਉੱਥੇ ਇਸ ਟਾਈਮ ਜਿਹੜੇ ਕਮਿਊਨਿਸਟਾਂ ਦਾ ਕੀ ਦਬਦਬਾ ਹੈਗਾ, ਜਿਵੇਂ ਕਿ ਇੱਕ CPI ਪਾਰਟੀ ਹੈ, ਇੱਕ CPIM ਪਾਰਟੀ ਹੈ ਜਿਹਦੇ ਤੁਸੀਂ ਕਾਰਕੁਨ। ਸੋ ਇਹਨਾਂ ਦੇ ਵਿੱਚ ਕੀ ਫਰਕ ਸੀ, ਕਿੱਦਾਂ ਇਹ ਪਾਰਟੀਆਂ ਆਪਸ ਵਿੱਚ ਅਲੱਗ ਅਲੱਗ ਹੋ ਗਈਆਂ? ਹਿੰਦੁਸਤਾਨ ਜਿਹੜਾ ਆ ਇਹ ਬਹੁਤ ਚਿਰਾਂ ਤੋਂ ਦੁਨੀਆ ਦਾ ਇੱਕ ਗੁਲਾਮ ਦੇਸ਼ ਸੀ। ਪਹਿਲਾਂ ਮੁਗਲ ਰਾਜ ਰਿਹਾ, ਫਿਰ ਅੰਗਰੇਜ਼ ਆਏ ਆ ਪੰਜਾਬ 'ਚ, ਭਾਵੇਂ 100 ਸਾਲ ਅਸੀਂ ਗੁਲਾਮ ਰਹੇ ਹਾਂ। ਹਾਂਜੀ, ਪਰ ਐਜ ਏ ਹੋਲ ਇਹ ਇੱਕ ਫਿਊਡਲਿਸਟਿਕ, ਜਿਹਨੂੰ ਜਾਗੀਰਦਾਰੀ ਜਾਂ ਸਮੰਤਵਾਦੀ ਪ੍ਰਥਾ ਕਹਿੰਦੇ ਆ, ਉੱਥੇ ਰਾਜਤੰਤਰ ਰਾਜਾ ਸ਼ਾਹੀ ਦਾ ਹੁੰਦਾ ਸੀ। ਉੱਥੇ ਕੋਈ ਜਮਹੂਰੀਅਤ ਨਹੀਂ ਸੀ, ਰਾਜੇ ਦਾ ਹੁਕਮ ਆ, ਕੋਈ ਪੜ੍ਹਤ ਲਿਖਤ ਨਹੀਂ, ਲੁੱਟ ਲਓ, ਮਾਰ ਲਓ, ਕਬਜ਼ੇ ਕਰ ਲਓ, ਐਸ਼ ਕਰ ਲਓ। ਲੇਕਿਨ ਅੰਗਰੇਜ਼ਾਂ ਵੇਲੇ ਉੱਥੇ ਪੂੰਜੀਵਾਦ ਜਾਂ ਪੂੰਜੀਵਾਦੀ ਜਾਂ ਪੂੰਜੀਵਾਦੀ ਅਵਸਥਾ ਜਿਹੜੀ ਉਹ ਪੈਦਾ ਹੋਈ ਆ, ਔਰ 1857 ਦੇ ਜਿਹੜਾ ਪਹਿਲੀ ਸਾਡੀ ਆਜ਼ਾਦੀ ਆ ਉਹਦੇ ਬਾਅਦ ਉੱਥੇ ਪੂੰਜੀ ਪੈਦਾ ਹੋਈ ਆ। ਅੰਗਰੇਜ਼ਾਂ ਨੇ ਰੇਲਾਂ, ਮੰਡੀਆਂ, ਬੈਂਕ ਸਥਾਪਿਤ ਕੀਤੇ, ਤਾਂ ਹੌਲੀ ਹੌਲੀ ਉੱਥੇ ਵਰਕਿੰਗ ਕਲਾਸ ਜਿਹੜੀ ਆ ਪੈਦਾ ਹੋਈ ਆ। 1947 'ਚ ਜਦੋਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ, ਉਹ ਤੋਂ ਪਹਿਲਾਂ ਜਿਹੜੇ ਸਾਡੇ ਲੋਕ, ਚਾਹੇ ਇੱਥੇ ਕਨੇਡਾ ਅਮੈਰੀਕਾ 'ਚ ਵੀ ਆਏ ਆ, ਜਿੱਦਾਂ ਉੱਥੇ ਹਿੰਦੁਸਤਾਨ 'ਚ ਵੀ ਲੋਕਾਂ ਨੇ ਵਿਦਰੋਹ ਕੀਤਾ 1857 ਦਾ, ਕੂਕਾ ਲਹਿਰ ਚੱਲੀ ਆ 72 ਤੋਂ 74 ਤੱਕ। ਗਦਰੀ ਬਾਬਿਆਂ ਨੇ 1914-15 'ਚ ਬੜੀ ਕੁਰਬਾਨੀਆਂ ਕੀਤੀਆਂ। ਉਹਦੇ ਬਾਅਦ ਸਾਡੇ ਜਿਹੜੇ ਟੈਰਿਸਟ, ਕਿਉਂਕਿ ਗਾਂਧੀ ਦੀ ਇੱਕ ਜਿਹੜੀ ਸੀ ਮਿਲ ਕੇ ਚੱਲਣ ਦੀ ਨੀਤੀ, ਉਹਦੇ ਬਾਅਦ ਵਿੱਚ ਜਾਂ ਵਿਰੋਧ ਵਿੱਚ ਉੱਥੇ ਦੇ ਨੌਜਵਾਨਾਂ ਨੇ ਜਿਹੜਾ ਇੱਕ ਆਪਣੀ ਹਥਿਆਰਬੰਦ ਲਹਿਰਾਂ ਚਲਾਈਆਂ, ਭਗਤ ਸਿੰਘ ਸ਼ਹੀਦ ਵਗੈਰਾ ਨੇ, ਸਾਥੀਆਂ ਨੇ। ਉਹਦੇ ਬਾਅਦ ਉੱਥੇ ਨੇਵੀ ਦੀ ਬਗਾਵਤ ਹੋਈ, ਫੌਜ ਦੀ, INA ਦੀ ਬਗਾਵਤ ਹੋਈ, ਇਹ ਸਾਰੇ ਸੰਘਰਸ਼ਾਂ ਬਾਅਦ ਆਜ਼ਾਦੀ ਪ੍ਰਾਪਤ ਹੋਈ। ਪਰ ਉੱਥੇ ਜਿਹੜੀ ਕਮਿਊਨਿਸਟ ਮੂਵਮੈਂਟ ਆ ਉਹ ਹਿੰਦੁਸਤਾਨ 'ਚ ਨਹੀਂ ਪੈਦਾ ਹੋਈ, ਹਿੰਦੁਸਤਾਨ ਦੀ ਕਮਿਊਨਿਸਟ ਮੂਵਮੈਂਟ ਵੀ ਜਿਹੜੀ ਆ 1920 ਦੇ ਵਿੱਚ ਤਾਸ਼ਕੰਦ 'ਚ ਪੈਦਾ ਹੋਈ। ਤਾਸ਼ਕੰਦ ਜਿਹੜੇ ਕੁਛ ਮੁਸਲਮਾਨ ਜਿਹੜੇ ਤੁਰਕੀ ਨੂੰ ਆਜ਼ਾਦ ਕਰਾਉਣ ਲਈ ਤੁਰਕੀ 'ਚ ਗਏ ਸੀ, ਉਹ ਉਹਨਾਂ ਦਾ ਤਾਲਮੇਲ ਬੋਲਸ਼ਵਿਕਾਂ ਨਾਲ ਹੋਇਆ, ਔਰ ਉਹਨਾਂ ਨੇ ਮਾਰਕਸਵਾਦ ਪੜ੍ਹਿਆ, ਅਤੇ ਤਾਸ਼ਕੰਦ ਦੇ ਵਿੱਚ ਉਹਨਾਂ ਦੀ MN ਰਾਏ ਦੀ ਅਗਵਾਈ ਦੇ ਵਿੱਚ ਇਹ ਪਾਰਟੀ ਦੀ ਨੀਂਹ ਰੱਖੀ ਗਈ ਹਿੰਦੁਸਤਾਨ ਦੇ ਵਿੱਚ। ਅਤੇ ਫਿਰ ਉਸ ਤੋਂ ਬਾਅਦ ਅੱਗੇ ਆ ਕਿ CPI CIP MN ਦਾ ਜਿਹੜਾ ਆਪਸੀ, ਕਿੱਦਾਂ ਇਹ ਦੋ ਪਾਰਟੀਆਂ ਬਣ ਗਈਆਂ? ਹਿੰਦੁਸਤਾਨ ਦੇ ਵਿੱਚ ਸਾਨੂੰ ਮੇਰਠ ਇੱਕ ਸਾਜਿਸ਼ ਕੇਸ਼ ਹੋਇਆ, ਇੱਕ ਕਾਨਪੁਰ ਸਾਜਿਸ਼ ਕੇਸ਼ ਹੋਇਆ, ਉਹਦੇ ਵਿੱਚ ਹੀ ਸਾਨੂੰ ਇੱਕ ਕੌਮਨਿਸਟਾਂ ਨੂੰ ਮਾਨਤਾ ਮਿਲੀ ਵੀ ਕੌਮਨਿਜ਼ਮ ਵੀ ਹਿੰਦੁਸਤਾਨ ਦੇ ਵਿੱਚ ਹੈ। ਨਵੀਂ ਇੱਕ ਸੋਚ ਸੀ, ਨਵੀਂ ਇੱਕ ਆਈਡੀਓਲੋਜੀ ਸੀ, ਇਹਨੂੰ ਗ੍ਰਹਿਣ ਕਰਨਾ ਔਰ ਇਹਨੂੰ ਅਡਾਪਟ ਕਰਨਾ, ਕਿਉਂਕਿ ਹਿੰਦੁਸਤਾਨ ਬੜਾ ਗੁਲਾਮ ਰਿਹਾ ਮਾਨਸਿਕ ਤੌਰ 'ਤੇ ਵੀ ਔਰ ਆਰਥਿਕ ਤੌਰ 'ਤੇ ਵੀ। ਜਦੋਂ ਲੋਕ ਆਰਥਿਕ ਤੌਰ 'ਤੇ, ਮਾਨਸਿਕ ਤੌਰ 'ਤੇ ਗੁਲਾਮ ਰਹਿਣ, ਤਾਂ ਉਹ ਕੋਈ ਕਿਸੇ ਇਜ਼ਮ ਨੂੰ ਜਾਂ ਕਿਸੇ ਸਿਧਾਂਤ ਨੂੰ ਛੇਤੀ ਨਹੀਂ ਸਮਝ ਸਕਦੇ। ਸਾਡੇ ਦੇਸ਼ ਅੰਦਰ ਫਿਰ ਕਮਿਊਨਿਸਟ ਪਾਰਟੀ ਨੇ ਬੜਾ ਸੰਘਰਸ਼ ਕੀਤਾ, ਹਿੰਦੁਸਤਾਨ ਦੀ ਕੋਈ ਐਸੀ ਲੜਾਈ ਨਹੀਂ ਜਿਹਦੇ ਵਿੱਚ ਹਿੰਦੁਸਤਾਨ ਦੀ ਕਿਰਤੀ ਜਮਾਤ, ਨੇਵੀ ਦੀ ਬਗਾਵਤ, INA ਦੀ, ਜਿਹਨਾਂ ਵਿੱਚ ਕਮਿਊਨਿਸਟ ਕੰਮ ਨਹੀਂ ਕਰਦੇ ਸੀ। 47 ਦੇ ਬਾਅਦ ਜਿਹੜੀ ਸ਼ਕਤੀ ਸੀ, ਤਾਕਤ ਸੀ, ਜਿਹੜੀ ਸਟੇਟ ਸੀ, ਅੰਗਰੇਜ਼ ਬਲਿਸਤਾਨ ਸੀ, ਉਹਨਾਂ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਨੂੰ ਦੋ ਧਰੁਵੀ, ਦੋ ਪਾਸੇ, ਦੋ ਫਿਰਕੂ ਲੀਹਾਂ ਦੇ ਉੱਤੇ ਵੰਡ ਕੇ, ਤਾਂ ਹਿੰਦੁਸਤਾਨ ਦੀ ਸ਼ਕਤੀ ਨੂੰ ਉਹਨਾਂ ਨੇ ਖਤਮ ਕਰਕੇ ਅੱਜ ਅਸੀਂ ਉਹ ਲੜਦੇ ਆ ਰਹੇ ਹਾਂ। ਇੱਕ ਪਾਸੇ ਪਾਕਿਸਤਾਨ ਹੈ, ਦੂਜੇ ਪਾਸੇ ਹਿੰਦੁਸਤਾਨ। ਉਸ ਵੇਲੇ ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ ਨੇ ਕੁਛ ਗਲਤੀਆਂ ਕੀਤੀਆਂ, ਅਤੇ ਜਿਹੜਾ ਮੁਕਤੀ ਅੰਦੋਲਨ ਸੀ 47 ਤੋਂ ਪਹਿਲਾਂ, ਜੇ ਉਸ ਮੁਕਤੀ ਅੰਦੋਲਨ 'ਚ ਹਥਿਆਰਬੰਦ ਇਨਕਲਾਬ ਲੈ ਆਉਂਦੇ, ਜਿੱਦਾਂ ਰੂਸ ਵਿੱਚ ਆਇਆ, ਚੀਨ 'ਚ ਆਇਆ, ਕਿਊਬਾ 'ਚ ਆਇਆ, ਵੀਤਨਾਮ 'ਚ ਆਇਆ,
ਤਾਂ ਫਿਰ ਉੱਥੇ ਤਬਦੀਲੀ ਆ ਸਕਦੀ ਸੀ, ਕਿਉਂਕਿ ਪਾਰਟੀ ਜਿਹੜੀ ਆ ਉੱਥੇ ਇੰਨੀ ਨਾ ਤਕੜੀ ਸੀ, ਨਾ ਉਹ ਆਪਣਾ ਪ੍ਰੋਗਰਾਮ ਬਣਾ ਸਕੀ ਸੀ। ਉਹ ਹਿੰਦੁਸਤਾਨ ਦੀ ਸਟੇਟ ਨੂੰ, ਸਟੇਟ ਹੁੰਦੀ ਆ ਜਿਹੜੀ ਰਾਜ ਕਰਨ ਵਾਲੀ ਸ਼ਕਤੀ ਆ, ਉਹਦੇ 'ਤੇ ਕਾਬਜ਼ ਕੌਣ ਆ, ਉਹ ਕਿਹੜੀ ਜਮਾਤ ਆ, ਜਿਹੜੇ ਬੜੇ ਬੜੇ ਸਮਾਜਦਾਰ ਜਾਗੀਰਦਾਰ ਸਨ, ਉਹਨਾਂ ਦੀ ਉਹ ਪਛਾਣ ਹੀ ਨਹੀਂ ਕਰ ਸਕੀ, ਜਿਸ ਕਰਕੇ CPI 1948 ਅਤੇ 1952 ਤੱਕ ਉੱਥੇ ਦੇ ਜਿਹੜੇ ਪੋਲੀਟੀਕਲ ਸਨੈਰੀਓ ਸੀ ਉਹਦੀ ਅਵਸਥਾ ਕੀ ਆ, ਸਾਡਾ ਮੁੱਖ ਦੁਸ਼ਮਣ ਕੀ ਆ, ਜਿਹਨੂੰ ਅਸੀਂ ਯੁੱਧ ਨੀਤੀ ਕਹਿੰਦੇ ਹਾਂ, ਉਹਦੇ ਬਾਰੇ ਸਾਡਾ ਗਿਆਨ ਜਿਹੜਾ ਪੂਰਾ ਨਹੀਂ ਸੀ, ਜਿਸ ਕਰਕੇ ਅਸੀਂ ਉੱਥੇ ਸੋਧਵਾਦ ਲੈਣ ਦਾ ਪਾਰਟੀ 'ਚ। 1962 ਦੇ ਬਾਅਦ ਜਦੋਂ ਚੀਨ ਨਾਲ ਜੰਗ ਹੋਇਆ, 64 ਵਿੱਚ ਦੋ ਪਾਰਟੀਆਂ ਹੋ ਗਈਆਂ, ਜਿਹੜੀ CPI ਜਿਹੜੀ ਮਦਰ ਪਾਰਟੀ ਸੀ ਉਹ ਇੱਥੇ ਖੜੀ ਸੀ ਵੀ ਜਿਹੜੀ ਹਿੰਦੁਸਤਾਨ ਦਾ ਮੁਕਤੀ ਅੰਦੋਲਨ ਕਾਂਗਰਸ ਦੇ ਹੱਥ ਆ, ਇਹ ਇੱਕ ਨੈਸ਼ਨਲ ਬੁਰਜਵਾਜੀ ਆ, ਨੈਸ਼ਨਲ ਪੂੰਜੀਪਤੀ ਆ, ਜੇ ਇਹਦੇ ਨਾਲ ਜੋੜ ਰੱਖਾਂਗੇ ਅਤੇ ਕੱਲ੍ਹ ਨੂੰ ਅਸੀਂ ਤਬਦੀਲੀ ਲਿਆ ਸਕਦੇ ਨਾਲ ਲੈ ਕੇ। ਪਰ ਇਹ ਕਦੀ ਨਹੀਂ ਹੋਇਆ ਵੀ ਪੂੰਜੀਪਤੀ ਬੜੇ ਬੜੇ ਜਾਗੀਰਦਾਰ ਕਦੀ ਵੀ ਗਰੀਬਾਂ ਅਤੇ ਆਮ ਜਨਤਾ ਦੇ ਹਿੱਤ ਵਿੱਚ ਖੜ੍ਹੇ ਹੋ ਜਾਣ। ਉਹਨਾਂ ਦੀ ਇਹ ਕਿਆਸਰਾਈ ਸੋਚ, ਇਹ ਸਿਧਾਂਤ ਗਲਤ ਸਾਬਤ ਹੋਇਆ। ਅੱਜ CPI ਦੀ ਹਿੰਦੁਸਤਾਨ ਦੇ ਵਿੱਚ ਸੋਧਵਾਦ ਕਾਰਨ ਲੋਕਾਂ ਦੇ ਵਿੱਚ ਥੋੜ੍ਹਾ ਬਹੁਤਾ ਉਹਨਾਂ ਦਾ ਆਧਾਰ ਹੈ, ਕਿਰਤੀਆਂ ਵਿੱਚ ਵੀ ਹੈ, ਕਿਸਾਨਾਂ 'ਚ ਵੀ ਹੈ, ਮੁਲਾਜ਼ਮਾਂ 'ਚ ਵੀ ਹੈ, ਪਰ ਐਜ਼ ਏ ਹੋਲ ਜਿਹੜੀ ਆ ਉਹਨਾਂ ਦਾ ਸਿਰਫ ਇੱਕ MLA ਇੱਕ MP ਰਹਿ ਗਿਆ, ਜਿਹੜਾ 2016 ਦੀਆਂ ਵੋਟਾਂ ਦੇ ਵਿੱਚ ਜਿੱਤਿਆ, ਉਹਨਾਂ ਦੀ ਮਾਨਤਾ ਖਤਮ 2014 ਹਾਂ 2014 ਦੇ ਵਿੱਚ ਸੋਰੀ 16ਵੀਂ ਲੋਕ ਸਭਾ ਦੇ ਵਿੱਚ। ਪਰ CPM ਜਿਹੜੀ ਆ ਉਹਨੇ ਆਪਣਾ ਪ੍ਰੋਗਰਾਮ ਜਿਹੜਾ ਉੱਥੇ ਦੇ ਹਾਲਾਤ ਸੀ, ਜਿਹਨੂੰ ਅਸੀਂ ਠੋਸ ਹਾਲਾਤ ਕਹਿੰਦੇ ਵੀ ਸਾਡੇ ਦੇਸ਼ ਦਾ ਮੁੱਖ ਦੁਸ਼ਮਣ ਲੋਕਾਂ ਦਾ ਕੌਣ ਆ, ਜਿਹੜੀ ਵੱਡੀ ਅਦਾਰੇਦਾਰੀ ਸੀ ਜਿਹੜਾ ਜਿਹਨੂੰ ਮਨੋਪਲਿਸ ਕਹਿੰਦੇ ਸੀ, ਉਹਦੀ ਅਗਵਾਈ 'ਚ ਕੈਪੀਟਲਿਸਟ ਅਤੇ ਜਾਗੀਰਦਾਰ ਜਿਹੜੇ ਰਾਜ ਕਰ ਰਹੇ ਆ, ਜਿਹਨਾਂ ਦੀ ਕਲੈਬੋਰੇਸ਼ਨ ਦੁਨੀਆ ਦੇ ਸਾਮਰਾਜ ਆ, ਉਹਦੇ ਵਿਰੋਧ ਵਿੱਚ ਲੜਾਈ ਕਿੱਦਾਂ ਕਰਨੀ ਆ, ਠੀਕ ਉਹ ਸੋਚ ਲੈ ਕੇ ਅਸੀਂ ਤੁਰੇ ਆ। ਇਹਦਾ ਮਤਲਬ ਇਸੇ ਕਰਕੇ CPI ਦਾ ਸਿਧਾਂਤਕ ਮਤਭੇਦ ਆ, ਸਾਡੀ ਐਮ ਬਣੀ ਆ, ਨੈਕਸੇਲਾਈਟ ਜਿਹੜੇ ਆ ਉਹ ਲੋਕਾਂ ਨਾਲੋਂ ਕੱਟੇ ਹੋਏ ਆ, ਜੇ ਆਹ 14ਵੀਆਂ ਲੋਕ ਸਭਾ 16ਵੀਆਂ ਲੋਕ ਸਭਾ ਗੱਲ ਚੋਕਾ ਸਾਹਿਬ ਅੱਗੇ ਤੋਰਦੇ ਹੈਗੇ ਆ, ਉਹਨਾਂ ਦੇ ਜਿਸ ਜਿਸ ਇਲਾਕੇ 'ਚ ਨੈਕਸੇਲਾਈਟ ਸੀ ਉੱਥੇ ਸਭ ਤੋਂ ਵੱਧ ਵੋਟਾਂ ਜਿਹੜੀਆਂ ਸਭ ਤੋਂ ਵੱਡੀ ਫਿਰਕੂ ਪਾਰਟੀ BJP ਉਹਨੂੰ ਪ੍ਰਾਪਤ ਹੋਈਆਂ। ਠੀਕ ਹੈ ਜੀ, ਹੁਣ ਗੱਲ ਕਰਦੇ ਹੈਗੇ ਆ CPIM, ਕਿਉਂਕਿ ਤੁਸੀਂ ਕਹਿੰਦੇ ਪਾਰਟੀਆਂ ਦਾ ਆਪਣੇ ਨੂੰ ਪਤਾ ਲੱਗ ਗਿਆ ਦੋ ਬਣ ਗਈਆਂ, ਸੋ ਟਾਈਮ ਆਪਣੇ ਕੋਲ ਬਹੁਤ ਥੋੜ੍ਹਾ, ਸੋ CPIM ਤੁਸੀਂ ਉਹਦੇ ਕਾਰਕੁਨਾ ਪੰਜਾਬ ਦੇ ਵਿੱਚ, ਅਤੇ ਇਹ ਹਜੇ ਤੱਕ ਕਿਉਂ ਆਪਣੀ ਕੋਈ ਪਕੜ ਨਹੀਂ ਬਣਾ ਸਕੀ, ਲੋਕਾਂ ਦੇ ਨਾਲੋਂ ਕਿਉਂ ਟੁੱਟੀ ਹੋਈ ਆ, ਆਮ ਲੋਕਾਂ ਦੇ ਵਿੱਚ ਇਹ ਧਾਰਨਾ ਆਉਂਦੀ ਆ, ਇਹ ਬਿਲਕੁਲ ਸੋ ਉਹਦੇ ਕੀ ਕਾਰਨ ਹੈਗੇ? ਗੱਲ ਠੀਕ ਹੈ, ਸਾਡਾ ਦੇਸ਼ ਜਿਹੜਾ ਆ ਅਜੇ ਤੱਕ ਵੀ ਇਹਦੇ ਵਿੱਚ ਜਗੀਰੂ ਜਾਂ ਸਮੰਤਵਾਦੀ ਰਹਿੰਦ ਖੂੰਹਦ ਹੈਗੀ ਆ, ਜਾਤ ਪਾਤ ਧਰਮ ਬੋਲੀਆਂ ਇੰਨੀਆਂ ਆ ਵੀ ਅਜੇ ਤੱਕ ਵੀ ਲੋਕਾਂ ਨੂੰ ਜਥੇਬੰਦ ਕਰਨ 'ਚ ਬੜੀਆਂ ਮੁਸ਼ਕਲਾਂ ਆ ਰਹੀਆਂ। ਦੂਸਰੇ ਪਾਸੇ ਸਾਡਾ ਬੰਗਾਲ, ਤ੍ਰਿਪੁਰਾ ਅਤੇ ਕੇਰਲਾ ਵਿੱਚ ਸਰਕਾਰਾਂ ਸੀ, ਸਾਡਾ ਰਾਜ ਨਹੀਂ, ਲੋਕਾਂ ਨੂੰ ਇਹ ਰਾਜ ਬਾਰੇ ਵੀ ਇੱਕ ਗਲਤੀ, ਰਾਜ ਹੋਰ ਹੁੰਦਾ ਆ, ਸਰਕਾਰ ਬਣਾਉਣੀ ਹੋਰ ਹੁੰਦੀ, ਰਾਜ ਦਾ ਮਤਲਬ ਹੁੰਦਾ ਸਤਾ ਦੇ ਉੱਤੇ, ਸਟੇਟ ਦੇ ਉੱਤੇ ਕਬਜ਼ਾ ਕਰਨਾ। ਉਹ ਤਾਂ ਜਦੋਂ ਹਿੰਦੁਸਤਾਨ 'ਚ ਇਨਕਲਾਬ ਆਏਗਾ ਫਿਰ ਰਾਜ ਹੋਣਾ, ਸਰਕਾਰਾਂ ਬਣਦੀਆਂ ਰਹਿੰਦੀਆਂ, ਟੁੱਟਦੀਆਂ ਰਹਿੰਦੀਆਂ, ਇਹ ਲੋਕਾਂ ਨੇ ਵੋਟ ਦੇਣੀ ਹੁੰਦੀ, ਕਿਉਂਕਿ ਸਾਡੀ ਜਥੇਬੰਦਕ ਸ਼ਕਤੀ ਜਿਹੜੀ ਆ ਅਜੇ ਤੱਕ ਉਹ ਇੰਨੀ ਫੈਸਲਾਕੁਨ ਨਹੀਂ ਕਿ ਅਸੀਂ ਵੋਟਾਂ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜ ਸਕੀਏ ਅਤੇ ਵੋਟਾਂ ਪ੍ਰਾਪਤ ਕਰਕੇ ਸਾਰੇ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਬਣਾ ਸਕੀਏ। ਉਹਦਾ ਮੁੱਖ ਕਾਰਨ ਆ ਵੀ ਦੇਸ਼ ਅੰਦਰ ਅਜੇ ਤੱਕ ਅਗਿਆਨਤਾ, ਗਰੀਬੀ, ਗੁਰਬਤ ਹੋਣ ਕਰਕੇ ਲੋਕ ਅਜੇ ਤੱਕ ਵੀ ਇਸ ਸਿਧਾਂਤ ਨੂੰ ਅਪਣਾਉਣ ਤੋਂ, ਜਦਕਿ ਇਹ ਸਿਧਾਂਤ ਉਹਨਾਂ ਲਈ ਲੜਦਾ, ਸਭ ਤੋਂ ਵੱਧ ਜੇ ਅਸੀਂ ਕਿਰਤੀਆਂ ਲਈ ਲੜਦੇ ਤਾਂ ਕੌਮਨਿਸਟ ਆ, ਕਿਸਾਨਾਂ ਲਈ ਲੜਦੇ ਤਾਂ ਕੌਮਨਿਸਟ ਆ, ਆਮ ਜਨਤਾ ਦੇ ਜਮਹੂਰੀ ਹੱਕਾਂ ਲਈ ਲੜਦੇ ਤਾਂ ਕੌਮਨਿਸਟ ਆ, ਜੇ ਲੋਕਾਂ ਦੀ ਪ੍ਰਭੂਸੱਤਾ ਲਈ ਲੜਦੇ, ਦੇਸ਼ ਦੀ ਪ੍ਰਭੂਸੱਤਾ ਲਈ ਲੜਦੇ ਤਾਂ ਇਹ ਕੌਮਨਿਸਟ ਆ। ਪਰ ਅਜੇ ਤੱਕ
ਲੋਕਾਂ ਦੇ ਵਿੱਚ ਜਿੱਥੇ ਤੱਕ ਅਸੀਂ ਆਪਣਾ ਪੈਰ ਜਮਾਉਂਦੇ ਹਾਂ ਉਹ ਸਾਡੇ ਪੈਰ ਨਹੀਂ ਜੰਮੇ। ਅਤੇ ਇੱਥੇ ਇਹ ਵੀ ਆਉਂਦਾ ਕਿ ਪੈਰ ਨਾ ਜੰਮਣ ਦੇ ਵਿੱਚ ਤੁਹਾਡੇ ਵਿੱਚ ਵੀ ਕੁਛ ਇੱਦਾਂ ਦੇ ਕਾਰਕੁਨ ਹੋ ਸਕਦੇ ਆ ਜਿਨ੍ਹਾਂ ਨੂੰ ਇਸ ਫਲਸਫੇ ਬਾਰੇ ਪੂਰਾ ਗਿਆਨ ਨਹੀਂ ਹੈਗਾ, ਜਾਂ ਕਿਸੇ ਹੋਰ ਧਾਰਮਿਕ ਫਲਸਫੇ ਵਿੱਚ ਇਹੋ ਜਿਹੇ ਲੋਕ ਹੋ ਸਕਦੇ ਆ ਜਿਨ੍ਹਾਂ ਨੂੰ ਪੂਰਾ ਗਿਆਨ ਨਹੀਂ ਹੈਗਾ। ਸੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਇਹ ਜਿਹੜਾ ਮੈਸੇਜ ਚਲਿਆ ਜਾਂਦਾ ਕਿ ਜਿਹੜਾ ਕਮਿਊਨਿਜ਼ਮ ਫਲਸਫਾ ਇਹ ਧਰਮ ਦੇ ਟੋਟਲੀ ਅਪੋਜ਼ਿਟ ਹੈਗਾ। ਇਹ ਦੇਖੋ ਸਾਡੇ ਵਿਰੁੱਧ ਉੱਥੇ ਆ ਕੇ ਤੁਸੀਂ ਆਪਣਾ ਕੋਈ ਪ੍ਰਚਾਰ ਨਹੀਂ ਕਰਦੇ ਹੈਗੇ ਜਿਸ ਤਰ੍ਹਾਂ ਵੱਡਾ ਪ੍ਰਚਾਰ ਸਾਡੇ ਵਿਰੁੱਧ ਹੋ ਰਿਹਾ। ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਇਹ ਜਿਹੜੀਆਂ ਚੋਣਾਂ ਹੋਈਆਂ, ਹਾਂਜੀ 2014 'ਚ 16ਵੀਆਂ ਲੋਕ ਸਭਾ ਚੋਣਾਂ, ਇਹਦੇ ਵਿੱਚ 400 ਤੋਂ ਵੱਧ BJP ਨੇ ਜਿਹੜੇ ਜਲਸੇ ਕੀਤੇ ਆ, ਔਰ ਮੀਡੀਆ 2 ਮਹੀਨੇ ਲਗਾਤਾਰ ਮਾਰਚ ਅਤੇ ਅਪ੍ਰੈਲ ਤੱਕ ਅਤੇ ਮਈ ਦੇ 15 ਤੱਕ ਜਦੋਂ ਤੱਕ ਵੋਟਾਂ ਪੈਣੀਆਂ 2.5 ਮਹੀਨੇ ਤੱਕ ਇਹਨੇ ਸਿਰਫ BJP ਅਤੇ ਕਾਂਗਰਸ ਦਾ ਹੀ ਪ੍ਰਚਾਰ ਕੀਤਾ ਹਿੰਦੁਸਤਾਨ ਦਾ। ਬੜਾ ਦੁਖਾਂਤ ਆ, ਦੁੱਖ ਆ। ਹੁਣ ਉਹ ਮੀਡੀਆ ਜਿਹੜਾ ਉਹਨਾਂ ਦਾ ਹੈਗਾ, ਜਿੰਨਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰਾ ਹੀ ਉਹਨਾਂ ਦਾ। ਸਾਡੀਆਂ ਇੰਨੀਆਂ ਲੜਾਈਆਂ, ਇੰਨੇ ਸੰਘਰਸ਼ ਆ, ਸਾਡੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸੋ ਗੱਲ ਹੁੰਦੀ ਹੈ ਜੀ ਅੱਜ ਕੱਲ੍ਹ ਫੰਡਿੰਗ ਦੇ ਨਾਲ ਪੈਸੇ ਦੇ ਨਾਲ, ਸਾਡੇ ਕੋਲ ਨਾ ਪੈਸਾ ਆ। ਉੱਥੇ ਬਿਲਕੁਲ ਅੰਕੜੇ ਆ ਗਏ, 10,000 ਕਰੋੜ ਤੋਂ 14,000 ਕਰੋੜ ਤੱਕ BJP ਨੇ ਆਪਣੇ ਪ੍ਰਚਾਰ ਲਈ ਪੈਸੇ ਵਰਤੇ, ਅਤੇ ਅਸੀਂ ਤਾਂ 2-3 ਕਰੋੜ ਰੁਪਈਆ ਸਾਰੇ ਦੇਸ਼ ਅੰਦਰ ਪ੍ਰਚਾਰ ਲਈ ਨਹੀਂ ਵਰਤਿਆ ਹੋਊਗਾ। ਹੁਣ ਇਹ ਸਾਡਾ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਬੜਾ ਮੁਸ਼ਕਲ ਆ। ਸਾਡੀ ਪਹੁੰਚ ਲੋਕਾਂ ਤੱਕ ਹੁੰਦੀ ਆ, ਲੋਕਾਂ ਦੀਆਂ ਮੁਸ਼ਕਲਾਂ ਤੱਕ ਹੁੰਦੀਆਂ। ਇਹੀਓ ਅਸੀਂ ਲੋਕਾਂ ਨੂੰ ਪ੍ਰੇਰਦੇ ਹਾਂ ਵੀ ਤੁਸੀਂ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਲਈ ਆਪਣੀਆਂ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਇਸਤਰੀਆਂ ਦੀਆਂ, ਨੌਜਵਾਨਾਂ ਦੀਆਂ, ਵਿਦਿਆਰਥੀਆਂ ਦੀਆਂ ਜਥੇਬੰਦੀਆਂ ਬਣਾਓ, ਅਤੇ ਜਥੇਬੰਦੀਆਂ ਬਣਾ ਕੇ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਕਰੋ। ਇਹ ਠੀਕ ਆ ਵੀ ਸਾਡੇ ਵਿੱਚ ਅਸੀਂ ਬੜਾ ਜਿਹੜਾ ਆਪਣਾ ਕਾਡਰ ਜਾਂ ਮੈਂਬਰ ਲੈਂਦੇ ਹਾਂ, ਬੜਾ ਪੜ੍ਹ ਕੇ ਲੈਂਦੇ ਹਾਂ, ਕਿਉਂਕਿ ਉਹ ਵੀ ਇਸ ਸਮਾਜ 'ਚੋਂ ਆਏ ਆ। ਹਿੰਦੁਸਤਾਨ ਦਾ ਸਮਾਜ ਡੀਜਨਰੇਟ ਹੋ ਰਿਹਾ, ਗਲਿਆ ਸੜਿਆ ਆ, ਬਹੁਤ ਗੰਦ ਆ। ਹੁਣ ਅਸੀਂ ਤਾਂ ਉਹਨਾਂ ਉਸ ਸਮਾਜ 'ਚੋਂ ਆਏ ਹਾਂ, ਸਾਡੇ ਵਿੱਚ ਉਸ ਸਮਾਜ ਦੇ ਆਖਰੀ ਸਵਾਲ ਦੇ ਨੈਗੇਟਿਵ ਪੱਖ ਹੋ ਸਕਦੇ। ਹਾਂਜੀ, ਆਖਰੀ ਸਵਾਲ ਦੇ ਨਾਲ ਆਪਾਂ ਬੰਦ ਕਰਾਂਗੇ ਕਿਉਂਕਿ ਸਮਾਂ ਵੀ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਗੱਲਬਾਤ ਹੋਰ ਬਹੁਤ ਸੀਗਾ। ਸੋ ਤੁਸੀਂ ਹੋਰ ਤੁਹਾਡੀ CPIM ਜਿਹੜੀ ਪਾਰਟੀ ਹੈ ਜਾਂ ਉੱਪਰ ਤੁਹਾਡੇ ਕਮਿਊਨਿਜ਼ਮ ਦਾ ਜਿਹੜਾ ਫਲਸਫਾ ਹੈ, ਕੀ ਉਹ ਸਮਝਦਾ ਹੈ ਕਿ ਜਿਹੜੀ ਅਮੀਰੀ ਅਤੇ ਗਰੀਬੀ ਆ ਉਹ ਕੁਦਰਤ ਦੀ ਦੇਣ ਨਹੀਂ, ਉਹ ਰਾਜ ਪ੍ਰਬੰਧ ਦੀ ਦੇਣ? ਬਿਲਕੁਲ ਦਰੁਸਤ ਆ। ਮਾਰਕਸਵਾਦ ਦਾ ਦਾਸ ਕੈਪੀਟਲ ਪੜ੍ਹ ਲਓ, ਅੱਜ ਤਾਂ ਉਹ ਜਿਹੜਾ ਦੁਨੀਆ ਦਾ ਰਿਸੈਸ਼ਨ ਆਇਆ, ਉਸ ਰਿਸੈਸ਼ਨ 'ਚ ਲੋਕਾਂ ਨੂੰ ਮੁੜ ਕੇ ਵੀ ਇਹਦੇ ਵਿੱਚੋਂ ਨਿਕਲਣਾ ਕਿੱਦਾਂ ਆ। ਮੁੜ ਕੇ ਦਾਸ ਕੈਪੀਟਲ ਦੁਨੀਆ ਦੀ ਸਭ ਤੋਂ ਵਧੀਆ ਬੁੱਕ ਅਤੇ ਸਭ ਤੋਂ ਵੱਧ ਵਿਕਣ ਵਾਲੀ ਅਤੇ 20ਵੀਂ ਸਦੀ ਦਾ ਸਭ ਤੋਂ ਵੱਡਾ ਚਿੰਤਕ ਜਿਹੜਾ ਉਹ ਕਾਰਲ ਮਾਰਕਸ ਸਾਬਤ ਹੋਇਆ, ਉਹਦੀ ਫਲਾਸਫੀ ਹੋਈ ਆ। ਇਹ ਫਲਾਸਫੀ ਮੁਤਾਬਕ ਅਸੀਂ ਜੋ ਦੁਨੀਆ ਦਾ ਵਰਤਾਰਾ ਆ, ਜੋ ਸਮਾਜ ਦਾ ਵਰਤਾਰਾ ਆ, ਜੋ ਇਸ ਵੇਲੇ ਸੰਘਰਸ਼ ਚੱਲ ਰਿਹਾ ਦੁਨੀਆ ਅੰਦਰ, 4 ਸੰਘਰਸ਼ ਲਗਾਤਾਰ ਚੱਲ ਰਹੇ, ਚੱਲਦੇ ਰਹਿਣੇ ਆ, ਮਾਲਕ ਅਤੇ ਮਜ਼ਦੂਰ ਦਾ ਲਗਾਤਾਰ ਰਹਿਣਾ ਆ, ਸਾਮਰਾਜ ਦਾ ਅਤੇ ਸਮਾਜਵਾਦ ਦਾ, ਸਾਮਰਾਜ ਦਾ ਆਪਸੀ ਸਾਮਰਾਜ ਨਾਲ, ਸਾਮਰਾਜ ਦਾ ਗਰੀਬ ਦੇਸ਼ਾਂ ਨਾਲ, ਇਹ 4 ਕੰਟਰਾਡਿਕਸ਼ਨ ਸਦਾ ਰਹਿਣੀਆਂ ਰਹਿਣੀਆਂ। ਇਹਦੇ ਵਿੱਚ ਸਾਮਰਾਜ ਜਿਹੜਾ ਜਾਂ ਪੂੰਜੀਵਾਦ ਜਿਹੜਾ ਆ ਇਹਦੀ ਖਹਿ ਹੋਣੀ ਆ, ਅਤੇ ਸਮਾਜਵਾਦ ਨੇ ਗਾਂਹ ਆਉਣਾ ਆ। ਜੇ ਅਸੀਂ ਲੋਕਾਂ ਨੂੰ ਲਾਮਬੰਦ ਕਰ ਲਵਾਂਗੇ ਛੇਤੀ ਆ ਜਾਓ, ਜੇ ਲਾਮਬੰਦ ਨਹੀਂ ਕਰਾਂਗੇ ਤਾਂ ਉਹ ਛੇਤੀ ਨਹੀਂ ਆਏਗਾ। ਤੁਸੀਂ ਪਰ ਲੋਕ ਭੁੱਲਾਂ ਦੇ ਵਿੱਚ ਆਪਾਂ ਅੱਗੇ ਥੋੜ੍ਹੀ ਗੱਲ, ਇਸ ਵਾਸਤੇ ਧਰਮ ਨਾਲ ਤੁਸੀਂ ਧਰਮ ਆਸਥਾ ਦੇ ਨਾਲ ਇਹ ਇੱਕ ਉਹਨਾਂ ਦਾ ਆਪਣਾ ਆਦਰਸ਼ਵਾਦੀਆਂ ਦਾ ਆਪਣਾ ਫਲਸਫਾ ਵੀ ਰੱਬ ਨੇ ਬਣਾਇਆ ਸਾਰਾ ਕੁਛ। ਜੇ ਰੱਬ ਨੇ ਬਣਾਇਆ ਹੁੰਦਾ ਤਾਂ ਇਹ ਇੱਦਾਂ, ਰੱਬ ਤਾਂ ਜੇ ਸਾਰਿਆਂ ਨੂੰ ਬਰਾਬਰ ਦੇਖਦਾ, ਕਹਿੰਦੇ ਆ ਰੱਬ ਤਾਂ ਕਿਸੇ ਦੇ ਨਾਲ ਮਤਲਬ ਅਨਿਆਏ ਕਰਦਾ ਹੀ ਨਹੀਂ। ਜੇ ਰੱਬ ਹੈ
ਜੇ ਇਹੋ ਜਿਹਾ ਫਲਸਫਾ ਹੈ ਤਾਂ ਫਿਰ ਲੋਕਾਂ 'ਚ ਊਚ ਨੀਚ ਗਰੀਬ ਗੁਰੂ ਗੁਰਬਾਤ ਹੋਣਾ ਹੀ ਨਹੀਂ ਚਾਹੀਦਾ। ਔਰ ਜਿੱਥੇ ਜ਼ਿਆਦਾ ਰੱਬ ਨੂੰ ਮੰਨਿਆ ਜਾਂਦਾ ਸੂਈ ਸੀ ਸ਼ੀਆ ਮੁਸਲਮਾਨ ਹਿੰਦੁਸਤਾਨ 'ਚ ਕਿੰਨੇ ਦੰਗੇ ਹੋਏ ਸਿੱਖਾਂ ਦਾ 84 'ਚ ਮੁਸਲਮਾਨ 2002 'ਚ ਕਿੰਨੇ ਮਾਰੇ ਗੁਜਰਾਤ ਦੇ ਵਿੱਚ ਇਰਾਕ ਵਿੱਚ ਦੇਖ ਲਓ ਇਰਾਨ 'ਚ ਦੇਖ ਲਓ ਹੋਰ ਮੁਸਲਮਾਨ ਦੇਸ਼ਾਂ 'ਚ ਦੇਖ ਲਓ ਇਸਾਈਆਂ 'ਚ ਦੇਖ ਲਓ ਆਪਸ ਵਿੱਚ ਕਿੰਨੇ ਝਗੜੇ ਹੁੰਦੇ। ਫਿਰ ਤਾਂ ਧਰਮ ਦੇ ਨਾਂ 'ਤੇ ਝਗੜੇ ਇਹ ਹੋਣੇ ਨਹੀਂ ਚਾਹੀਦੇ ਜੇ ਰੱਬ ਨੇ ਸਾਰਾ ਕੁਝ ਬਣਾਇਆ ਹੁੰਦਾ। ਅਸਲ ਦੇਖੋ ਜੀ ਉਹ ਜਿਹੜੇ ਝਗੜੇ ਆ ਉਹਨਾਂ ਦੇ ਪਿੱਛੇ ਵੀ ਕਿਤੇ ਨਾ ਕਿਤੇ ਰਾਜਨੀਤਿਕ ਜਾਂ ਪੂੰਜੀਵਾਦ ਦਾ ਬਿਲਕੁਲ ਤੁਸੀਂ ਹੱਥ ਹੁੰਦਾ ਹੈ। ਪੂੰਜੀਵਾਦ ਦੀ ਦਖਲਦਾਰੀ ਆ, ਪੂੰਜੀਵਾਦ ਜਿਹੜਾ ਇਹਦਾ ਢੰਗ ਤਰੀਕਿਆਂ ਨੂੰ ਅਪਣਾ ਕੇ ਲੋਕਾਂ ਵਿੱਚ ਫੁੱਟ ਪਾਉਂਦਾ, ਲੋਕਾਂ ਦੀ ਏਕਤਾ ਨੂੰ ਤਾਰ ਤਾਰ ਕਰਦਾ ਤਾਂ ਜੋ ਲੋਕ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਨਾ ਕਰ ਸਕਣ। ਜੇ ਹੱਤਾਂ ਹਿੱਤਾਂ ਦੀ ਰਾਖੀ ਲਈ ਅੱਗੇ ਵੱਧਦੇ ਆ ਇਹਦਾ ਮਤਲਬ ਉਹ ਸਮਾਜਵਾਦ ਵੱਲ ਵੱਧ ਰਿਹਾ। ਸੋ ਸੀ ਪੀ ਆਈ ਐਮ ਪੰਜਾਬ ਦੇ ਵਿੱਚ ਇਸ ਟਾਈਮ ਲੋਕ ਹਿੱਤਾਂ ਦੀ ਰਾਖੀ ਲਈ ਕੀ ਕੰਮ ਕਰ ਰਹੀ ਹੈ ਇਸ ਟਾਈਮ? ਦੇਖੋ ਸਾਡੀ ਪਾਰਟੀ ਤਾਂ ਲਗਾਤਾਰ ਜਦੋਂ ਵੀ ਹਿੰਦੁਸਤਾਨ 'ਚ ਜਾਂ ਪੰਜਾਬ 'ਚ ਆਈ ਆ ਅਸੀਂ ਲਗਾਤਾਰ ਲੋਕਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ, ਅਸੀਂ ਮਜ਼ਦੂਰਾਂ ਲਈ ਜਿੰਨੇ ਵੀ ਮਜ਼ਦੂਰ ਆ ਸਾਡੇ ਪੰਜਾਬ ਵਿੱਚ ਇਸ ਵੇਲੇ 50 ਲੱਖ ਮਜ਼ਦੂਰ ਆ ਜਿਨ੍ਹਾਂ ਨੂੰ ਮਿਨੀਮਮ ਵੇਜ ਵੀ ਨਹੀਂ ਮਿਲ ਰਹੀ, ਉਹਨਾਂ ਦੇ ਹੱਕਾਂ ਲਈ ਅਸੀਂ ਲੜਾਈ ਲੜੀ ਹੈ, ਸਰਕਾਰ ਨੂੰ ਮਜ਼ਬੂਰ ਕੀਤਾ। ਔਰ ਇੱਦਾਂ ਹੀ ਕਿਸਾਨਾਂ ਦੀਆਂ ਜਿਣਸਾਂ ਦਾ ਭਾਅ ਕਿਸਾਨਾਂ ਨੂੰ ਮਜ਼ਬੂਰ ਹੋ ਕੇ ਆਤਮ ਹੱਤਿਆ ਕਰਨੀਆਂ ਪੈ ਰਹੀਆਂ, ਅਸੀਂ ਉਹਨਾਂ ਨੂੰ ਰੋਕ ਰਹੇ ਹਾਂ। ਉਹਦੇ ਬਾਅਦ ਅਸੀਂ ਸਰਕਾਰੀ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉੱਥੇ ਇਸਤਰੀਆਂ ਦੀਆਂ ਸਮੱਸਿਆਵਾਂ, ਸਭ ਤੋਂ ਵੱਧ ਭਰੂਣ ਹੱਤਿਆ ਜਾਂ ਕੁੜੀ ਮਾਰ ਜੇ ਕੋਈ ਹੈਗਾ ਤਾਂ ਪੰਜਾਬ ਵਿੱਚ ਆ। ਉਹਦੇ ਲਈ ਸਾਡੀ ਮੇਰੀ ਵਾਈਫ ਹੀ ਜਿਹੜੀ ਆ ਉਹਨੇ ਬਹੁਤ ਲਗਾਤਾਰ ਉਹ ਵੀ 35 ਸਾਲਾਂ ਤੋਂ ਉਹ ਕੰਮ ਕਰ ਰਹੀ ਆ ਔਰ ਉਹ ਇਸਤਰੀਆਂ ਨੂੰ ਜਾਗਰੂਕ ਕਰ ਰਹੀ ਆ। ਹਜ਼ਾਰਾਂ ਕੇਸ ਜਿਹੜੇ ਉਹਨਾਂ ਨੇ ਸੁਲਝਾਏ, ਚਾਹੇ ਦਾਜ ਦਹੇਜ ਦਾ ਸੀ, ਚਾਹੇ ਕੁੱਟ ਮਾਰਦਾ ਸੀ, ਚਾਹੇ ਹੋਰ ਔਰਤਾਂ 'ਤੇ ਹਿੰਸਕ ਸੀ। ਠੀਕ ਹੈ ਜੀ। ਇਸ ਢੰਗ ਨਾਲ ਅਸੀਂ ਵਿਦਿਆਰਥੀਆਂ ਨੌਜਵਾਨਾਂ ਨੂੰ ਲਾਮਬੰਦ ਕਰਕੇ ਅਜੇ ਤੱਕ ਸਾਡਾ ਸੰਘਰਸ਼ ਜਾਰੀ ਹੈ ਔਰ ਜਾਰੀ ਰਹੇਗਾ, ਕਿਉਂਕਿ ਪੂੰਜੀਵਾਦ ਜਿਉਂਦਾ ਆ। ਜਿੰਨਾ ਚਿਰ ਪੂੰਜੀਵਾਦ ਖਤਮ ਨਹੀਂ ਹੁੰਦਾ ਅਤੇ ਇਹ ਸੰਘਰਸ਼ ਕਦੀ ਖਤਮ ਨਹੀਂ ਹੋਏਗਾ ਅਤੇ ਲਗਾਤਾਰ ਰਹੇਗਾ। ਇਹ ਖਹਿ ਦੀ ਖਹਿ ਆ, ਇਹਦੀ ਖਹਿ ਹੋਏਗੀ ਤਾਂ ਫਿਰ ਜਿਹੜਾ ਸਮਾਜਵਾਦ ਦਾ ਜਾਂ ਕੌਮਨਿਜ਼ਮ ਜਿਹੜਾ ਆਏਗਾ ਉਹਦੇ ਲਈ ਅਸੀਂ ਲੋਕਾਂ ਨਾਲ ਬਿਲਕੁਲ ਵਫ਼ਾਦਾਰ ਆ, ਲੋਕਾਂ ਨਾਲ ਬੱਝੇ ਪਏ ਹਾਂ ਔਰ ਲੋਕਾਂ ਨੂੰ ਹਾਂ ਦਾ ਜਿਹੜਾ ਅਸੀਂ ਪੱਖ ਆ ਪੂਰਨ ਦਾ ਲੋਕਾਂ ਦੇ ਹਿੱਤਾਂ ਲਈ ਲੜ ਰਹੇ। ਠੀਕ ਹੈ। ਸੋ ਧੰਨਵਾਦ ਜਗਦੀਸ਼ ਸਿੰਘ ਚੋਕਾ ਜੀ। ਸੋ ਤੁਸੀਂ ਸਟੂਡੀਓ ਵਿੱਚ ਆਏ, ਸਾਨੂੰ ਕਾਫ਼ੀ ਅਨਮੁੱਲੀ ਜਾਣਕਾਰੀ ਦਿੱਤੀ। ਸੋ ਇਸ ਬਾਰੇ ਹੋਰ ਵੀ ਗੱਲਾਂ ਬਾਤਾਂ ਵਿਚਾਰ ਵਟਾਂਦਰਾ ਹੋ ਸਕਦਾ ਸੀ ਪਰ ਸਮਾਂ ਜਾਤ ਨਹੀਂ ਦਿੰਦਾ। ਸੋ ਪਿਆਰੇ ਦਰਸ਼ਕੋ, ਆਜ਼ਾਦ ਦਿਓ, ਸਮਾਂ ਹੋ ਰਿਹਾ ਹੈ। ਸੋ ਅਗਲੀ ਹਫ਼ਤੇ ਅਗਲੀ ਵਾਰ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਕਿਸੇ ਵਿਸ਼ੇਸ਼ ਵਿਚਾਰਾਂ ਦੇ ਉੱਪਰ ਵਿਚਾਰ ਵਟਾਂਦਰਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਧੰਨਵਾਦ। ਜੱਗ ਪੰਜਾਬੀ ਅਤੇ ਮੈਂ ਸੰਘਾ ਜੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਲੋਕਾਂ ਦੇ ਰੂਬਰੂ ਮੈਨੂੰ ਪੇਸ਼ ਕੀਤਾ। ਮੈਂ ਸਾਰਿਆਂ ਦਾ ਧੰਨਵਾਦੀ। ਧੰਨਵਾਦ ਜੀ।